ਤੁਹਾਡਾ ਇਸ 1-to-1 ਸ਼ੋਅ 'ਚ ਸਵਾਗਤ ਹੈ। ਇਸ ਸ਼ੋਅ 'ਚ ਅਸੀਂ ਨਿਊਜ਼ ਮੇਕਰਸ ਨਾਲ ਗੁਫ਼ਤਗੂ ਕਰਦੇ ਹਾਂ। ਅੱਜ ਸਾਡੇ ਮਹਿਮਾਨ ਨੇ ਡਾਊਨ ਸਾਊਥ ਯਾਨੀ ਆਸਟ੍ਰੇਲੀਆ ਤੋਂ ਡਾਕਟਰ ਜਗਵਿੰਦਰ ਸਿੰਘ ਵਿਰਕ। ਉਹ ਪੇਸ਼ੇ ਤੋਂ ਡਾਕਟਰ ਨੇ ਪਰ ਅੱਜ ਕੱਲ੍ਹ ਉਹ ਆਸਟ੍ਰੇਲੀਆ 'ਚ ਦੋਵੇਂ ਮੁਲਕਾਂ ਦੇ ਦਰਮਿਆਨ ਵਪਾਰਕ ਅਤੇ ਨਿੱਜੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਚ ਲੱਗੇ ਹੋਏ ਨੇ। ਉਹ ਲਿਬਰਲ ਪਾਰਟੀ ਦੇ ਹਮਾਇਤੀ ਨੇ ਅਤੇ ਭਾਰਤ ਅਤੇ ਆਸਟ੍ਰੇਲੀਆ ਸਟ੍ਰੈਟੇਜਿਕ ਅਲਾਇੰਸ ਨਾਂ ਦੀ ਸੰਸਥਾ ਦੇ ਸਰਪ੍ਰਸਤ ਚੇਅਰਮੈਨ ਨੇ। ਹਾਲ ਹੀ ਵਿੱਚ ਡਾਕਟਰ ਵਿਰਕ ਨੂੰ ਉਹਨਾਂ ਦੇ ਕੰਮ ਸਦਕਾ ਇੱਕ ਮੁੰਬਈ ਦੀ ਸੰਸਥਾ ਵੱਲੋਂ ਪੰਜਾਬੀ ਆਈਕੋਨ ਅਵਾਰਡ ਨਾਲ ਨਿਵਾਜਿਆ ਗਿਆ ਹੈ। ਡਾਕਟਰ ਵਿਰਕ, ਤੁਹਾਡਾ ਇਸ ਸ਼ੋਅ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੈਰੀ ਮੱਚ ਸੰਧੂ ਸਾਹਿਬ, ਮੈਨੂੰ ਇਸ ਸ਼ੋਅ 'ਤੇ ਇਨਵਾਈਟ ਕਰਨ ਵਾਸਤੇ ਗਲੋਬਲ ਪੰਜਾਬ ਟੀਵੀ 'ਤੇ ਜੀ। ਡਾਕਟਰ ਵਿਰਕ, ਤੁਸੀਂ ਇੰਡੀਆ ਆਸਟ੍ਰੇਲੀਆ ਸਟ੍ਰੈਟੇਜਿਕ ਅਲਾਇੰਸ ਦੇ ਚੇਅਰਪਰਸਨ ਜੇ, ਇਹ 2011-13 ਦੇ ਵਿੱਚ ਸ਼ਾਇਦ ਅਲਾਇੰਸ ਬਣਿਆ ਸੀ, ਇਹਦਾ ਕੀ ਰੋਲ ਆ, ਕੀ ਮਕਸਦ ਹੈ ਇਹਦਾ? ਇਹਦਾ ਮਕਸਦ ਹੈ ਜੀ, ਇੱਥੇ ਜਦੋਂ ਅਸੀਂ ਦੇਖਿਆ ਵੀ ਬਹੁਤ ਸਾਰੀ ਔਰਗਨਾਈਜੇਸ਼ਨਸ ਇੰਡੀਆ 'ਚ ਰਜਿਸਟਰਡ ਹੁੰਦੀਆਂ ਅਤੇ ਬਹੁਤ ਸਾਰੀ ਔਰਗਨਾਈਜੇਸ਼ਨਸ ਆਸਟ੍ਰੇਲੀਆ 'ਚ ਰਜਿਸਟਰਡ ਹੁੰਦੀਆਂ, ਬਟ ਆਸਟ੍ਰੇਲੀਅਨ ਜਿਹੜੀਆਂ ਔਰਗਨਾਈਜੇਸ਼ਨਸ ਹੈਗੀਆਂ ਉਹਨਾਂ ਨੂੰ ਆਸਟ੍ਰੇਲੀਆ ਬਾਰੇ ਪਤਾ, ਇੰਡੀਅਨ ਔਰਗਨਾਈਜੇਸ਼ਨ ਨੂੰ ਇੰਡੀਆ ਬਾਰੇ ਪਤਾ। ਅਤੇ ਜਦੋਂ ਅਸੀਂ ਜਿਹੜੇ ਹੁਣ ਹੋਣ ਵਾਲੇ ਪ੍ਰਧਾਨ ਮੰਤਰੀ ਆ ਟੋਨੀ ਐਬਟ, ਉਹਨਾਂ ਨਾਲ ਗੱਲ ਕੀਤੀ ਵੀ ਦੱਸਿਆ ਵੀ ਇਹੋ ਜਿਹੀ ਔਰਗਨਾਈਜੇਸ਼ਨ ਜ਼ਰੂਰ ਹੋਣੀ ਚਾਹੀਦੀ ਹੈ ਜਦੋਂ ਇੱਥੋਂ ਦੇ ਬਿਜ਼ਨਸਮੈਨ ਇੱਥੇ ਜਾਣਾ ਚਾਹੁੰਦੇ ਆ ਜਾਂ ਇੱਥੋਂ ਦੇ ਉੱਥੇ ਜਾਣਾ ਚਾਹੁੰਦੇ ਆ, ਅਤੇ ਆਪਾਂ ਇੱਕ ਇਹੋ ਜਿਹੀ ਚੀਜ਼ ਕ੍ਰੀਏਟ ਕਰੀਏ। ਅਤੇ ਸਾਡੇ ਹੁਣ ਦੇ ਜਿਹੜੇ ਮੌਜੂਦਾ ਟ੍ਰੇਡ ਮਿਨਿਸਟਰ ਨੇ ਐਂਡਰੂ ਰੌਬ, ਉਹਨਾਂ ਨਾਲ ਮੇਰੀ ਡਿਸਕਸ ਹੋਈ ਇਸ ਡਿਟੇਲ 'ਚ ਇਸ ਗੱਲ ਬਾਰੇ, ਅਤੇ ਉਹ ਕਹਿੰਦੇ ਹਾਂ ਜ਼ਰੂਰ ਹੋਣਾ ਚਾਹੀਦਾ ਇਹੋ ਜਿਹਾ ਕੁਛ, ਜ਼ਰੂਰ ਬਈ ਇਸ ਤੁਹਾਡਾ ਉਪਰਾਲਾ ਜਿਹੜਾ ਤੁਸੀਂ ਕਰਦੇ ਹੋ। ਅਤੇ ਫਿਰ ਉਹਦੇ ਚੱਕਰ ਸਾਡੇ ਜਿਵੇਂ ਤੁਹਾਡੇ ਰਾਜ ਸਭਾ ਹੁੰਦੀ ਹੈ ਇੰਡੀਆ, ਸਾਡੇ ਸੈਨੇਟ ਹੁੰਦੀ ਹੈ ਆਸਟ੍ਰੇਲੀਆ 'ਚ ਜੀ, ਉਹਦੇ ਅਸੀਂ ਸੈਨੇਟ ਲੀਡਰ ਸੈਨੇਟਰ ਐਰਿਕ ਐਬਟਸ ਨੇ, ਉਹਨਾਂ ਨੂੰ ਅਸੀਂ ਇੰਡੀਆ ਲੈ ਕੇ ਆਏ, ਉਹਨਾਂ ਨੂੰ ਅਸੀਂ ਇੱਥੇ ਆ ਕੇ 2013 'ਚ ਦਿੱਲੀ 'ਚ ਲਾਂਚ ਕੀਤਾ ਇਹਨੂੰ, ਇੰਡੀਆ ਆਸਟ੍ਰੇਲੀਆ ਸਟ੍ਰੈਟੇਜਿਕ ਅਲਾਇੰਸ। ਇਹਦੇ 'ਚ ਅੰਬੈਸਡਰ ਕੇ ਸੀ ਸਿੰਘ ਨੇ, ਉਹ ਸਾਡੇ ਵਾਈਸ ਪ੍ਰੈਜੀਡੈਂਟ ਨੇ ਇੱਥੋਂ, ਮਿਸਟਰ ਸੰਜੇ ਸ਼ਰਮਾ ਨੇ, ਉਹ ਸਾਡੇ ਅੱਧੀਆਂ ਪੋਸਟਾਂ ਇਹਨਾਂ ਦੀਆਂ ਅਲਾਇੰਸ ਦੀਆਂ ਇੰਡੀਆ ਇੰਡੀਅਨਸ ਕੋਲ ਆ, ਅਤੇ ਅੱਧੀਆਂ ਪੋਸਟਾਂ ਸਾਡੇ ਉੱਥੇ ਆਸਟ੍ਰੇਲੀਅਨਸ ਕੋਲ ਆ, ਅਤੇ ਉਹਦੇ ਚੱਕਰ 'ਚ ਜਿਵੇਂ ਡੈਲੀਗੇਸ਼ਨਸ ਇੱਥੋਂ ਵੀ ਉੱਥੇ ਜਾਂਦੇ ਆ, ਉੱਥੋਂ ਇੱਥੇ ਜਾਂਦੇ ਆ। ਅਤੇ ਇਹਦਾ ਹੁਣ ਤੱਕ ਤੁਸੀਂ ਇਹਦੇ 'ਚ ਕੀ ਅਚੀਵ ਕਰ ਸਕੇ ਜੇ ਪਿਛਲੇ 2 ਸਾਲਾਂ? ਇਹਦੇ 'ਚ ਸਭ ਤੋਂ ਵੱਡੀ ਜਿਹੜੀ ਅਸੀਂ ਅਚੀਵਮੈਂਟ ਕੀਤੀ ਹੈ 2012 'ਚ ਅਲਾਇੰਸ ਬਣਨ ਤੋਂ ਨਾਲ, 2-4 ਮਹੀਨੇ ਪਹਿਲਾਂ 2013 'ਚ ਅਸੀਂ ਇੱਕ ਡਿਫੈਂਸ ਦੀ ਟੈਕਨੋਲੋਜੀ ਸੀ ਆਸਟ੍ਰੇਲੀਆ ਕੋਲ, ਬੁਲਟ ਪਰੂਫ ਜੈਕਟਸ ਜਿਹਨੂੰ ਆਪਾਂ ਕਹਿੰਦੇ ਹਾਂ Level 4 ਸਿਲੀਕਨ ਕਾਰਬਨ ਟਾਇਲਸ, ਜਿਹੜੀ ਚੌਥੀ ਗੋਲੀ ਦੇ ਬੁਲਟ ਪਰੂਫ ਜੈਕਟ ਫਟਦੀ ਹੈ, ਉਹ ਟੈਕਨੋਲੋਜੀ ਇੰਡੀਆ ਕੋਲ ਨਹੀਂ ਸੀ। ਅਸੀਂ ਉਹ ਟੈਕਨੋਲੋਜੀ ਵਿਦ ਫੈਕਟਰੀ ਇੱਥੇ ਸ਼ਿਫਟ ਕਰਨ ਦੇ ਜੋ 'ਚ ਕਾਮਯਾਬ ਹੋਏ ਹਾਂ, ਅਤੇ ਉਹ ਜਿਹੜਾ ਪਲਾਂਟ ਆ ਦਿੱਲੀ ਦੇ ਨਾਲ ਬਹਾਦਰਗੜ੍ਹ ਜਗ੍ਹਾ ਇੱਕ, ਇੱਥੇ ਉੱਥੇ ਉਹਦਾ ਪਲਾਂਟ ਲੱਗਿਆ ਜਿਹੜਾ ਆਰਮੀ ਨੂੰ ਅਤੇ ਆਪਣੀਆਂ ਆਰਮਡ ਫੋਰਸਿਸ ਨੂੰ ਬਚਾਉਣ ਦੇ ਕੰਮ ਕਰੂ। ਉਹ ਟੈਕਨੋਲੋਜੀ ਅੱਜ ਇੰਡੀਆ ਦੀ ਹੋ ਚੁੱਕੀ ਹੈ ਜਿਹੜੀ ਆਪਾਂ ਆਸਟ੍ਰੇਲੀਆ ਤੋਂ ਇੱਥੇ ਲੈ ਕੇ ਆਏ ਹਾਂ ਡਿਫੈਂਸ ਦੀ ਜੀ। ਕੋਈ ਪੰਜਾਬ ਸਪੈਸੀਫਿਕ ਤੁਹਾਡੀ ਇਨੀਸ਼ੀਏਟਿਵ ਵੀ ਹੈ ਜਿਹੜਾ ਪੰਜਾਬੀਆਂ ਵਾਸਤੇ ਆ, ਜਾਂ ਪੰਜਾਬ ਦੇ ਕੋਈ ਲੀਡਰ ਵੀ ਤੁਹਾਡੇ ਉੱਥੇ ਗਏ ਆ ਇਹ ਗੱਲਬਾਤ ਵਾਸਤੇ? ਦੇਖੋ, ਪੰਜਾਬ ਦੇ ਜਦੋਂ ਲਾਸਟ ਆਈ ਥਿੰਕ ਲਾਸਟ ਟੈਨਿਓਰ 'ਚ 2-3 ਮਿਨਿਸਟਰਸ ਵਿਜ਼ਿਟ ਹੋਈਆਂ ਉੱਥੇ ਰਿਗਾਰਡਿੰਗ ਟੂ ਡੈਰੀ, ਕਿਉਂਕਿ ਸਾਡਾ ਆਸਟ੍ਰੇਲੀਆ ਡੈਰੀ 'ਚ ਬਹੁਤ ਕਾਮਯਾਬ ਆ, ਸਾਡਾ ਫੂਡ ਪ੍ਰੋਸੈਸਿੰਗ 'ਚ ਅਸੀਂ ਬਹੁਤ ਕਾਮਯਾਬ ਹਾਂ, ਵਰਲਡ ਨੰਬਰ 1 ਆ, ਸਾਡੀ ਵੇਸਟੇਜ ਸਾਰੀ 3-5% ਆ, ਜਿਵੇਂ ਇੰਡੀਆ 'ਚ 30-35% ਵੇਸਟੇਜ ਆ ਫਲਾਂ ਦੀ, ਸਾਡੀ ਉੱਥੇ ਬਹੁਤ ਘੱਟ ਆ। ਉਹਦੇ ਚੱਕਰ 'ਚ ਡੈਲੀਗੇਸ਼ਨ 1-2 ਵਿਜ਼ਿਟਸ ਹੋਏ ਆ ਉੱਥੇ, ਅਤੇ ਉਹ ਤੋਂ ਬਾਅਦ ਅਸੀਂ ਜਿਹੜਾ ਅਸੀਂ ਪਲੈਨ ਕੀਤਾ ਆਸਟ੍ਰੇਲੀਆ ਤੋਂ ਡੈਲੀਗੇਸ਼ਨ ਇੱਥੇ ਇੰਡੀਆ 'ਚ, ਇਸ ਜਨਵਰੀ 'ਚ ਅਸੀਂ ਅੱਜ ਤੱਕ ਦਾ ਹਿਸਟਰੀ ਦਾ ਸਭ ਤੋਂ ਵੱਡਾ ਡੈਲੀਗੇਸ਼ਨ ਅਸੀਂ ਇੱਥੇ ਲੈ ਕੇ ਆਏ ਸੀ 430 ਬੰਦਿਆਂ ਦਾ, ਅਤੇ ਉਹਦੇ 'ਚੋਂ 40 ਬੰਦੇ ਐਗਰੀਕਲਚਰ ਡੈਲੀਗੇਸ਼ਨ ਅਸੀਂ ਪੰਜਾਬ ਵਿਜ਼ਿਟ ਕਰਾਇਆ ਸੀ ਡੈਰੀ 'ਤੇ, ਅਤੇ ਉਹਦੇ 'ਚ ਅਸੀਂ ਫਿਰ ਚੰਡੀਗੜ੍ਹ ਆਏ, ਫਿਰ ਅਸੀਂ ਜਗਰਾਓਂ ਇੱਕ ਬਹੁਤ ਵੱਡੀ ਇੱਥੇ ਡੈਰੀ ਆ ਉੱਥੇ ਵਿਜ਼ਿਟ ਕਰਾਇਆ ਸਾਡੇ ਸਾਰੇ ਉੱਥੇ ਡੈਲੀਗੇਟਸ ਨੂੰ ਜਿਹੜੇ ਸਾਡੇ ਵੱਡੇ ਵੱਡੇ ਫਾਰਮਰਸ ਆਏ ਹੋਏ ਸੀ ਇੱਥੋਂ ਆਸਟ੍ਰੇਲੀਆ ਤੋਂ, ਤੋ ਦੈਨ ਵੀ ਜਿਹੜੇ 1-to-1 ਸੈਸ਼ਨਸ ਇਨ ਚੰਡੀਗੜ੍ਹ, ਅਤੇ ਉਹਦੇ ਚੱਕਰ 'ਚ ਇਹ ਵਿਜ਼ਿਟ ਸ਼ੁਰੂ ਹੋ ਚੁੱਕੀ ਹੈ ਹੁਣ ਜੀ। ਸੋ ਟੈਕਨੋਲੋਜੀ ਟ੍ਰਾਂਸਫਰ ਹਾਲੀ ਕੋਈ ਐਸੋਸੀਏਸ਼ਨ ਨਹੀਂ ਹੋਈ ਹਾਲੀ? ਨਹੀਂ, ਉਹ ਡਿਫੈਂਸ ਦੀ ਟੈਕਨੋਲੋਜੀ ਟ੍ਰਾਂਸਫਰ ਹੋਈ ਹੈ, ਦੇ ਆਰ ਲੋਟ ਆਫ ਟੈਕਨੋਲੋਜੀ ਇਨ ਦਾ ਪਾਈਪਲਾਈਨ, ਆਈ ਐਮ ਏ ਹੈੱਡ ਆਫ UNSW ਐਜ਼ ਵੈਲ ਇਨੋਵੇਸ਼ਨ ਡਿਪਾਰਟਮੈਂਟ, ਜਿਹੜੀਆਂ ਟੈਕਨੋਲੋਜੀਜ਼ ਨੂੰ ਬਾਹਰ ਉਹਨਾਂ ਨੂੰ ਦਿੰਦਾ ਸਾਡੀ ਆਸਟ੍ਰੇਲੀਆ ਦੀ ਯੂਨੀਵਰਸਿਟੀ UNSW, ਬਟ ਇਹਦੇ 'ਚ ਉਪਰਾਲਾ ਕਰਨਾ ਪੈਂਦਾ, ਆਪਣੀ ਸਰਕਾਰਾਂ ਨੂੰ ਉਪਰਾਲਾ ਕਰਨਾ ਪੈਂਦਾ, ਜਿਵੇਂ ਵਾਟਰ ਰਿਸੋਰਸਿਸ 'ਤੇ ਬਹੁਤ ਵੱਡਾ ਜ਼ਿਆਦਾ ਕੰਮ ਹੋਣ ਵਾਲਾ ਜੇ ਆਪਾਂ ਕੰਮ ਕਰਨਾ ਚਾਹੀਏ ਇੱਥੋਂ ਪੰਜਾਬ ਤੋਂ, ਫਿਰ ਇੱਕ ਸਕਿੱਲ ਡਿਵੈਲਪਮੈਂਟ ਦੀ ਸਭ ਤੋਂ ਵੱਡੀ ਜਿਹੜੀ ਆਪਣੀ ਸਮਝੌਤਾ ਹੋਇਆ ਸਪਟੰਬਰ 'ਚ ਜਦੋਂ ਸਾਡੇ ਪ੍ਰਾਈਮ ਮਿਨਿਸਟਰ ਟੋਨੀ ਐਬਟ ਇੱਥੇ ਆਏ ਨੇ, 2 ਡੀਲਸ ਉੱਥੇ ਬਹੁਤ ਕਰੂਸ਼ੀਅਲ ਸੀ ਜਿਹੜੀਆਂ ਸਾਈਨ ਕੀਤੀਆਂ, ਮੈਂ ਨਾਲ ਆਇਆ ਸੀ ਉਹਨਾਂ ਦੇ ਟੋਨੀ ਐਬਟ ਜੀ ਦੇ, ਇੱਕ ਤਾਂ ਉਹਨਾਂ ਨੇ ਯੂਰੇਨੀਅਮ ਦੀ ਡੀਲ ਸਾਈਨ ਕੀਤੀ ਜਿਹੜਾ ਸਭ ਤੋਂ ਵੱਡਾ ਇਸ਼ੂ ਸੀ, ਅਤੇ ਦੂਜੀ ਜਿਹੜੀ ਸਕਿੱਲ ਡਿਵੈਲਪਮੈਂਟ ਦੀ ਗੱਲ ਕੀਤੀ ਉਹਨਾਂ ਨੇ, ਜਿਹੜਾ ਸਕਿੱਲ ਡਿਵੈਲਪਮੈਂਟ 'ਚ ਸਾਈਨ ਹੋਇਆ ਸਮਝੌਤਾ ਆਸਟ੍ਰੇਲੀਆ ਅਤੇ ਇੰਡੀਆ ਦਾ, ਤੋ ਬਾਈ 2020 ਇੰਡੀਆ ਵਿਲ ਪ੍ਰੋਡਿਊਸ 65% ਆਫ ਦ ਸਕਿੱਲ ਲੇਬਰ ਇਨ ਦਾ ਵਰਲਡ।
ਤਾਂ ਇੰਡੀਆ ਇੱਕ ਬਹੁਤ ਵੱਡਾ ਹੱਬ ਆ ਸਕਿੱਲ ਲੇਬਰ ਵਾਸਤੇ, ਅਤੇ ਸਾਰੇ ਕੰਟਰੀਜ਼ ਇਸ ਚੀਜ਼ ਨੂੰ ਕੈਸ਼ ਇਨ ਕਰਨਾ ਚਾਹੁੰਦੀਆਂ ਵੀ ਨਹੀਂ ਅਸੀਂ ਦੱਸੋ ਤੁਸੀਂ ਅਸੀਂ ਕੀ ਕਰੀਏ ਇਹਦੇ 'ਚ। ਅਤੇ ਉਹ ਸਮਝੌਤਾ 5 ਸਤੰਬਰ 2014 ਨੂੰ ਦਿੱਲੀ 'ਚ ਟੋਨੀ ਅਬਟ ਜੀ ਨੇ ਸਮਝੌਤਾ ਕੀਤਾ। ਪੰਜਾਬ ਦੇ ਕੁਝ ਲੀਡਰਸ ਨੇ ਕੋਈ ਬਹੁਤਾ ਇੰਟਰਸਟ ਨਹੀਂ ਸ਼ੋਅ ਕੀਤਾ ਹੁਣ ਤੱਕ, ਕੋਈ ਪੰਜਾਬ ਪ੍ਰਤੀ ਕੋਈ ਉਪਰਾਲਾ ਅੱਗੇ ਚੱਲਿਆ? ਨਹੀਂ, ਪੰਜਾਬ ਗੌਰਮੈਂਟ ਤੋਂ ਅੱਜ ਤੱਕ ਕੋਈ ਵਫਦ ਸਾਡੇ ਉੱਥੇ ਨਹੀਂ ਆਇਆ ਇੰਨੇ ਸਾਲਾਂ 'ਚ ਅੱਜ ਤੱਕ ਕਿਸੇ। ਜਿਵੇਂ ਹੁਣ ਤੁਸੀਂ ਲਾ ਲਓ ਸਾਡੇ ਹਾਫ ਮਿਲੀਅਨ 4.5 ਲੱਖ 5 ਲੱਖ ਇੰਡੀਅਨਸ ਰਹਿੰਦੇ ਆ ਉੱਥੇ, ਅਤੇ 1.5-2 ਲੱਖ ਉੱਥੇ ਪੰਜਾਬੀ ਹੈ, ਅਤੇ ਅੱਜ ਤਾਈਂ ਕੋਈ ਪੰਜਾਬ ਗੌਰਮੈਂਟ ਦਾ ਡੈਲੀਗੇਸ਼ਨ, ਮੈਂ ਵੀ ਬਾਦਲ ਸਾਹਿਬ ਨੂੰ 2012 'ਚ ਜਦੋਂ ਉਹਨਾਂ ਨੇ ਮੈਨੂੰ ਆਨਰ ਕੀਤਾ ਸੀ ਇੱਥੇ ਪੰਜਾਬੀ ਪ੍ਰੋਸੈਸ ਮਿਲਣ 'ਚ, ਅਸੀਂ ਰਿਕੁਐਸਟ ਕੀਤੀ ਸੀ ਵੀ ਇੱਥੋਂ ਜ਼ਰੂਰ ਵਿਜ਼ਿਟਸ ਹੋਣੀਆਂ ਚਾਹੀਦੀਆਂ, CMs ਵਿਜ਼ਿਟ ਹੋਣੀਆਂ ਚਾਹੀਦੀਆਂ, ਪ੍ਰੀਮੀਅਰ ਵਿਜ਼ਿਟਸ ਹੋਣੀਆਂ ਚਾਹੀਦੀਆਂ। ਜਦੋਂ ਪ੍ਰੀਮੀਅਰ ਵਿਜ਼ਿਟ ਉੱਥੇ ਹੁੰਦੀ ਆ ਤਾਂ ਆਸਟ੍ਰੇਲੀਆ ਇਜ਼ ਵੈਰੀ ਰਿਲਕਟੈਂਟ, ਬਈ ਉਹ ਕਹਿੰਦੇ ਤੁਸੀਂ ਸਾਡੇ ਨਾਲ ਉਹ ਕਰੋ, ਤੁਹਾਨੂੰ ਕੋਈ ਟੈਕਨੋਲੋਜੀ 'ਚ ਸਾਨੂੰ ਦੱਸੋ ਤੁਸੀਂ ਕੀ ਆ, ਕਿਉਂ ਵਾਟਰ ਸੋਰਸ ਦਾ ਇੰਡੀਅਨ ਗੌਰਮੈਂਟ ਨਾਲ ਆਲਰੇਡੀ MOU ਹੋਇਆ ਹੋਇਆ ਤਾਂ, ਬਟ ਕੀ ਕੋਈ ਵਿਜ਼ਿਟਸ ਪਿਛਲੇ ਮੈਨੂੰ 8-9 ਸਾਲ ਹੋ ਗਏ ਆਸਟ੍ਰੇਲੀਆ ਰਹਿੰਦੇ ਨੂੰ, ਪਿਛਲੇ 10-15 ਸਾਲਾਂ 'ਚ ਕੋਈ ਪੰਜਾਬ ਗੌਰਮੈਂਟ ਤੋਂ ਕੋਈ ਵਿਜ਼ਿਟ ਹੋਈ ਨਹੀਂ ਜੀ ਉੱਥੇ। ਤੁਸੀਂ ਡਾਕਟਰ ਵਿਰਕ ਸਿਡਨੀ 'ਚ ਬੇਸ ਜੇ, ਹਾਂਜੀ, ਸੋ ਇਹ ਜਿਹੜੀ ਸਟ੍ਰੈਟੇਜਿਕ ਅਲਾਇੰਸ ਆ ਇਹ ਸਿਡਨੀ ਸਪੈਸੀਫਿਕ ਹੈ ਕਿ ਸਾਰੇ ਆਸਟ੍ਰੇਲੀਆ? ਵੀ ਸਾਡੀ ਜਿਹੜੀ ਅਲਾਇੰਸ ਆ ਆਲ ਅਕਰੋਸ ਆਸਟ੍ਰੇਲੀਆ ਹੈਗੇ ਆ, ਸਾਡੇ ਕੋਲ ਐਗਜ਼ੀਕਿਊਟਿਵ ਮੈਂਬਰਸ ਜਿਹੜੇ ਹੈਗੇ ਆ ਵਿਕਟੋਰੀਆ 'ਚ ਵੀ ਹੈਗੇ ਆ, ਐਡੀਲੇਟ 'ਚ ਵੀ ਹੈਗੇ ਆ, ਬ੍ਰਿਸਬਨ 'ਚ ਵੀ ਹੈਗੇ ਆ, ਇਹਦੇ 'ਚ ਇਕੱਲੇ ਇੰਡੀਅਨਸ ਨਹੀਂ ਹੈਗੇ। ਸਾਡਾ ਜਿਹੜਾ ਪੈਟਰਨ ਆ ਇਹਦਾ ਉਹ ਸੈਨੇਟਰ ਆ ਜੀ, ਸੈਨੇਟਰ ਐਰਿਕ ਐਬਟ ਜਿਹੜਾ ਉਹਦੇ ਰਾਜ ਸਭਾ ਦਾ ਲੀਡਰ ਆ, ਇਹਦੇ 'ਚ ਸਾਡੇ ਉੱਥੇ ਮੇਅਰਸ ਆ ਜਿਹੜੇ ਇਹਦੇ ਮੈਂਬਰਸ ਆ, ਵੱਡੀ ਵੱਡੀ ਕੰਪਨੀਜ਼ ਆ ਜਿਹੜੀਆਂ ਇਹਦੇ ਮੈਂਬਰਸ ਆ, ਇਹ 'ਚ ਇਹਦੇ 'ਚ ਆਪਣੇ ਸਪੋਰਟਸ ਪਰਸਨੈਲਿਟੀਜ਼ ਆ ਜਿਹੜੀਆਂ ਇਹਦੀਆਂ ਇਹਦੀਆਂ ਆਪਣੀਆਂ ਮੈਂਬਰਸ ਆ, ਪੈਟਰਨਸ ਆ, ਜਿਵੇਂ ਜੈਫ ਫੈਨਿਕ ਆ ਉਹ ਇਹਦਾ ਇੱਕ ਮੈਂਬਰ ਆ, ਤਾਂ ਐਂ ਕਰਕੇ ਕ੍ਰਿਕਟਰਸ ਕਈ ਮੈਂਬਰਸ ਹੈਗੇ ਆ ਸਾਡੇ ਉੱਥੇ। ਤਾਂ ਇਹ ਚੱਕਰ 'ਚ ਜਿਹੜੇ ਵੱਧ ਤੋਂ ਵੱਧ ਜਿਹੜੇ ਅਸੀਂ ਉੱਥੇ ਸੈਲੀਬ੍ਰਿਟੀਜ਼ ਆ ਜਾਂ ਉੱਥੇ ਵੱਡੇ ਬਿਜ਼ਨਸ ਹਾਊਸਿਸ ਆ, ਤਾਂ ਦੇ ਆ ਮੈਂਬਰਸ, ਇਹ 'ਚ ਅਸੀਂ ਡੈਲੀਗੇਸ਼ਨਸ ਲੈ ਕੇ ਜਾਂਦੇ ਰਹਿੰਦੇ ਹਾਂ। ਹੁਣ ਇੱਕ ਪੰਜਾਬ ਤੋਂ ਡੈਲੀਗੇਸ਼ਨ ਅਸੀਂ ਪਹਿਲੇ ਵੀਕ ਪਲਾਨ ਕੀਤਾ, ਛੋਟਾ ਜਿਹਾ ਡੈਲੀਗੇਸ਼ਨ ਅਰਾਊਂਡ 40 ਪੀਪਲ, ਤਾਂ ਦੇ ਆਰ ਕਮਿੰਗ ਟੂ ਆਸਟ੍ਰੇਲੀਆ, ਅਤੇ ਉਹਦੇ 'ਚ ਅਸੀਂ ਉਹਨੂੰ ਉਹਦਾ ਨਾਮ ਦੇ ਰਹੇ ਹਾਂ ਅਸੀਂ ਇੰਡੀਆ ਬਿਜ਼ਨਸ ਵੀਕ ਇਨ ਆਸਟ੍ਰੇਲੀਆ, ਅਤੇ ਉਹਦੇ 'ਚ 40 ਜਣਿਆਂ ਦਾ ਵਫਦ ਸਾਡੇ ਕੋਲ ਇੰਡੀਆ ਉੱਥੇ ਪਹੁੰਚ ਰਿਹਾ ਜੀ। ਮੈਂ ਡਾਕਟਰ ਵਿਰਕ ਤੁਹਾਡੇ ਥੋੜ੍ਹੇ ਪਿਛੋਕੜ 'ਚ ਜਾਣਾ ਚਾਹੁੰਦਾ, ਪੇਸ਼ੇ ਵੱਲੋਂ ਤੁਸੀਂ ਡਾਕਟਰ ਜੇ, ਰਸ਼ੀਆ ਤੋਂ ਤੁਸੀਂ ਮੈਡੀਸਨ ਪੜ੍ਹ ਕੇ ਆਏ, ਹਾਂਜੀ, ਅਤੇ ਫਿਰ ਤੁਸੀਂ ਇਹ ਡਾਊਨ ਸਾਊਥ ਆਸਟ੍ਰੇਲੀਆ ਕਿਵੇਂ ਚਲੇ ਗਏ? ਦੇਖੋ, ਅਸੀਂ ਪਹਿਲਾਂ ਇੱਥੇ ਚੰਡੀਗੜ੍ਹ ਜਦੋਂ ਉੱਥੇ ਕਰਕੇ ਆਏ ਅਤੇ ਇੰਟਰਨਸ਼ਿਪ ਸ਼ੁਰੂ ਕੀਤੀ, ਹਾਊਸ ਜੋਬ ਕੀਤੀ, ਤਾਂ ਮੇਰੇ ਵਾਈਫ ਡਾਕਟਰ ਰਤਨਦੀਪ ਕੌਰ, ਉਹਨਾਂ ਉਹ ਮੈਨੂੰ ਇਨਸਿਸਟ ਕਰਕੇ ਵੀ ਨਹੀਂ ਅਸੀਂ ਇੱਥੋਂ ਜਾਣਾ ਚਾਹੁੰਦੇ ਹਾਂ ਇੰਡੀਆ ਤੋਂ, ਅਤੇ ਉਹਦੇ 'ਚ ਫਿਰ ਉਹਨਾਂ ਨੇ ਉੱਥੇ ਮਾਸਟਰਸ ਅਪਲਾਈ ਕੀਤੀ, ਉਹਨਾਂ ਨੂੰ ਸ਼ੀ ਗੋਟ ਦਾ ਐਡਮਿਸ਼ਨ ਇਨ ਮਾਸਟਰਸ ਆਫ ਓਕੂਪੇਸ਼ਨ ਥੈਰੇਪੀ ਇਨ ਯੂਨੀਵਰਸਿਟੀ ਆਫ ਸਿਡਨੀ, ਅਤੇ ਫਿਰ ਉਹਦੇ ਚੱਕਰ 'ਚ ਅਸੀਂ ਉੱਥੋਂ ਮਾਈਗ੍ਰੇਟ ਹੋਏ, ਤਾਂ ਪਹਿਲਾਂ ਸੀਗਾ ਵੀ ਮਾਸਟਰਸ ਕਰਕੇ ਇੱਥੇ ਅਸੀਂ ਆ ਜਾਵਾਂਗੇ। ਫਿਰ ਜਦੋਂ ਤੁਸੀਂ ਉੱਥੇ ਰਹਿਣ ਲੱਗ ਜਾਂਦੇ ਹੋ ਜੀ, ਤੁਹਾਨੂੰ ਦੇਸ਼ ਨਾਲ ਪਿਆਰ ਹੋਣਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ, 2008-09 'ਚ PR ਮਿਲ ਗਈ, 2000 ਫਿਰ ਉਸ ਤੋਂ ਬਾਅਦ, ਪਹਿਲਾਂ ਤਾਂ ਸ਼ੁਰੂ 'ਚ ਜਾ ਕੇ ਮਨ ਨਹੀਂ ਲੱਗਦਾ ਤੁਹਾਡਾ ਉੱਥੇ ਜਾ ਕੇ, ਤੁਸੀਂ ਸੋਚਦੇ ਹੋ ਵੀ ਤੁਸੀਂ ਐਡੇ ਵੱਡੇ ਸਿਸਟਮ 'ਚੋਂ, ਤੁਸੀਂ ਕਿਹੜੇ ਸਿਸਟਮ 'ਚ ਆ ਗਏ, ਹੌਲੀ ਹੌਲੀ ਨੈਟਵਰਕ ਸਭ ਕੁਝ ਆਪ ਕਰਨਾ ਪੈਂਦਾ, ਆਪ ਕਰਨਾ ਪੈਂਦਾ ਜੀ, ਸਭ ਕੁਝ ਆਪ ਕਰਨਾ ਪੈਂਦਾ, ਬੜਾ ਸ਼ੁਰੂ 'ਚ ਬੜਾ ਔਖਾ ਹੁੰਦਾ, ਅਤੇ ਬਟ ਇਹ ਹੌਲੀ ਹੌਲੀ ਤੁਹਾਡਾ ਜੀ ਲੱਗਣ ਲੱਗ ਗਿਆ। 2010 'ਚ ਵੀ ਗੋਟ ਪਾਸਪੋਰਟ, ਅਤੇ ਉਸ ਤੋਂ ਬਾਅਦ ਆਹ ਜਰਨੀ ਸੀ ਵਾਈਫ ਦੇ ਉੱਤੇ, ਉੱਥੇ ਫਿਰ ਅਸੀਂ ਰਹਿ ਗਏ ਜੀ। ਸਾਡੇ ਜਦੋਂ ਉੱਥੇ ਵਾਈਫ ਦੀ ਐਡਮਿਸ਼ਨ ਹੋਈ ਅਤੇ ਉਹਦੇ ਲਾਅ ਸੀ ਬੜੇ ਸਟ੍ਰਿਕਟ ਸੀ ਵੀ ਸਾਨੂੰ 5 ਸਾਲ ਏਰੀਆ ਆਫ ਨੀਡ 'ਚ ਜਾਣਾ ਪੈਣਾ, ਇੱਕ ਬੇਟਾ ਸੀ ਮੇਰਾ, ਹੁਣ ਆਈ ਗੋਟ 2 ਕਿਡਸ, ਅਜੇਸ਼ਵਰ ਸਿੰਘ ਐਂਡ ਏਕਮ ਸਿੰਘ ਜੀ, ਅਤੇ ਉਹਦੇ 'ਚ ਹੁਣ ਮੈਂ ਆਇਆ, ਆਈ ਐਮ ਨੋਟ ਪ੍ਰੈਕਟਿਸਿੰਗ ਡਾਕਟਰ ਦੇ ਆ, ਮੈਂ ਹੁਣ ਫੁੱਲ ਟਾਈਮ ਬਿਜ਼ਨਸ 'ਚ ਹਾਂ ਜੀ, ਬਿਜ਼ਨਸ ਐਂਡ ਪੋਲੀਟਿਕਸ। 2011 'ਚ ਆਈ ਐਂਟਰ ਇਨ ਟੂ ਪੋਲੀਟਿਕਸ ਇਨ ਆਸਟ੍ਰੇਲੀਆ। ਤੁਹਾਡਾ ਆਪਣਾ ਬਿਜ਼ਨਸ ਕਾਹਦਾ ਵਾ? ਸਾਡਾ ਜੀ ਇੰਡੀਆ ਆਸਟ੍ਰੇਲੀਆ ਸਟੇਟ, ਜਿਹੜੀ ਆ ਅਸੀਂ ਉੱਥੇ ਰੀਅਲ ਸਟੇਟ ਦਾ ਵੀ ਅਸੀਂ ਦੇਖਦੇ ਹਾਂ, ਕੰਸਟਰਕਸ਼ਨ ਲਾਈਨ ਦਾ ਵੀ ਦੇਖਦੇ ਹਾਂ, ਸਾਡੇ ਕਾਲਜ ਹੁੰਦੇ ਸੀ 2008-09 'ਚ, ਓਕੇ, ਤੋ ਦੈਨ ਦਾ ਐਜੂਕੇਸ਼ਨ ਲਾਈਨ ਹੈਜ਼ ਡ੍ਰੌਪਡ, ਤੋ ਸਾਡੇ ਇਹੋ ਜਿਹੇ ਕਈ ਇੱਕ ਦੋ ਬਿਜ਼ਨਸਿਸ ਹੈਗੇ ਜਿਹੜੇ ਚੱਲਦੇ ਆ, ਤੋ ਵੀ ਆਰ ਇਨ ਦਾ ਪਾਈਪਲਾਈਨ ਟੂ ਓਪਨ ਸਮ ਮੋਰ ਬਿਜ਼ਨਸਿਸ ਇਨ ਦਾ ਐਜੂਕੇਸ਼ਨ ਲਾਈਨ ਐਂਡ ਮੈਡੀਕਲ ਸੈਂਟਰਸ ਵਿਦ ਮਾਈ ਵਾਈਫ ਜੀ। ਡਾਕਟਰ ਵਿਰਕ, ਉੱਥੇ ਕਿਹੜੇ ਕਿਹੜੇ ਵਪਾਰ ਆ, ਬਿਜ਼ਨਸਿਸ ਆ, ਉਦਯੋਗ ਆ, ਜਿਹਨਾਂ ਦੇ ਵਿੱਚ ਇੰਡੀਅਨਸ ਪਏ ਆ, ਖਾਸ ਕਰਕੇ ਪੰਜਾਬੀ ਪਏ ਆ? ਪੰਜਾਬੀ ਤਾਂ ਹੁਣ ਇਸ ਟਾਈਮ ਤੁਸੀਂ ਪਿਛਲੇ 4 ਸਾਲਾਂ 'ਚ ਦੇਖੋ, ਆਪਣੇ ਟਰਾਂਸਪੋਰਟ ਲਾਈਨ 'ਚ ਬਹੁਤ ਪੰਜਾਬੀ ਆ ਚੁੱਕੇ ਨੇ, ਉੱਥੇ ਟਰੈਕਿੰਗ ਲਾਈਨ 'ਚ ਬਹੁਤ ਆ ਚੁੱਕੇ, ਕੰਸਟਰਕਸ਼ਨ ਲਾਈਨ 'ਚ ਹੌਲੀ ਹੌਲੀ ਪੰਜਾਬੀ ਆ ਰਹੇ ਨੇ ਆਪਣੇ, ਅਤੇ ਹੌਲੀ ਹੌਲੀ ਵਪਾਰ 'ਚ ਪੰਜਾਬੀ ਆ ਰਹੇ, ਰੈਸਟੋਰੈਂਟ ਲਾਈਨ 'ਚ ਆਪਣੇ ਪੰਜਾਬੀ ਬਹੁਤ ਆ ਉੱਥੇ, ਅਤੇ ਇਹੋ ਜਿਹੇ ਜਿਹੜੇ ਵਪਾਰ ਆ ਜਿਵੇਂ ਸਟੋਰਸ ਆ, IGA ਸਟੋਰਸ ਆ, ਮੈਂ ਆਪਣੇ ਲੀਕਰ ਸਟੋਰਸ ਆ, ਉਹਦੇ 'ਚ ਹੁਣ ਹੌਲੀ ਹੌਲੀ ਲੋਕ ਬਿਜ਼ਨਸਮੈਨ ਬਣਦੇ ਜਾ ਰਹੇ ਆ, ਪਿਛਲੇ 5 ਸਾਲਾਂ ਤੋਂ ਆਪਣਾ ਜਿਹੜਾ ਯੂਥ ਇੱਥੋਂ ਗਿਆ ਸੀ 10 ਸਾਲ ਪਹਿਲਾਂ, ਨਾਓ ਦੇ ਆਰ ਐਂਟਰਿੰਗ ਟੂ ਬਿਜ਼ਨਸ ਐਂਡ ਦਿਸ ਇਜ਼ ਵੈਰੀ ਪੋਜ਼ੀਟਿਵ ਸਾਈਨ।
ਮੈਂ ਸੁਣਿਆ ਵਾ ਜਿਹੜੇ ਆਪਣੇ ਉੱਥੇ ਟੈਕਸੀ ਬਿਜ਼ਨਸ ਦੇ ਵਿੱਚ ਆ ਉਹਨਾਂ ਦੀ ਉੱਥੇ ਬੜੀ ਚੰਗੀ ਇਮੇਜ ਹੈ, ਚੰਗੀ ਛਵੀ ਹੈ। ਇੱਕ ਮੈਨੂੰ ਡੈਨੀਅਲ ਕੋਰਨੈਲ ਇੱਕ ਪੇਂਟਰ ਮਿਲੇ ਸੀਗੇ, ਉਹਨਾਂ ਨੇ ਸ਼ਾਇਦ ਪੇਂਟਿੰਗਸ ਵੀ ਕੀਤੀਆਂ ਵਾ ਆਪਣੇ ਕੁਝ ਟੈਕਸੀ ਡਰਾਈਵਰਸ ਦੀ। ਦੇਖੋ ਜਿਹੜੇ ਟੈਕਸੀ ਡਰਾਈਵਰਸ ਹੁੰਦੇ ਆ, ਟੈਕਸੀ ਡਰਾਈਵਰਸ ਹਮੇਸ਼ਾ ਮੈਂ ਉਹਨਾਂ ਨੂੰ ਕੀ ਦੇਖਦਾ, ਉਹ ਅੰਬੈਸਡਰਸ ਹੁੰਦੇ ਆ ਕਿਸੇ ਵੀ ਸ਼ਹਿਰ ਵਾਸਤੇ, ਕਿਸੇ ਵੀ ਦੇਸ਼ ਵਾਸਤੇ। ਕਿਉਂਕਿ ਜਦੋਂ ਬੰਦਾ ਬਾਹਰੋਂ ਆਉਂਦਾ ਸਭ ਤੋਂ ਪਹਿਲਾਂ ਇੱਕ ਟੈਕਸੀ ਡਰਾਈਵਰ ਨੂੰ ਮਿਲਦਾ, ਤਾਂ ਟੈਕਸੀ ਡਰਾਈਵਰ ਦੀ ਇਮੇਜ ਚੰਗੀ ਹੋਣੀ, ਬਹੁਤ ਹੀ ਚੰਗੀ ਹੋਣੀ ਚਾਹੀਦੀ ਹੈ, ਤਾਂ ਹੀ ਉਹ ਕੰਟਰੀ ਦੀ ਰੈਪੂਟੇਸ਼ਨ ਬਣਦੀ ਹੈ। ਤਾਂ ਐਂ ਜਿਹੜੇ ਆਪਣੇ ਪੰਜਾਬੀ ਭਰਾ ਜਾਂ ਇੰਡੀਅਨ ਭਰਾ ਜਿਹੜੇ ਟੈਕਸੀ ਚਲਾਉਂਦੇ ਆ ਉੱਥੇ, ਅਤੇ ਉਹ ਚੰਗੀ ਉਹਨਾਂ ਨੂੰ ਗੱਲ ਕਰਦੇ ਆ, ਡੀਲ ਕਰਦੇ, ਅਤੇ ਉਹਦੇ ਕਰਕੇ ਆਸਟ੍ਰੇਲੀਆ ਦੀ ਰੈਪੂਟੇਸ਼ਨ ਵੀ ਅੱਪ ਹੁੰਦੀ ਹੈ। ਯੂ ਆਰ ਐਬਸੋਲੂਟਲੀ ਰਾਈਟ ਵੀ ਟੈਕਸੀ ਡਰਾਈਵਰ ਸਾਡੇ 'ਤੇ ਬਹੁਤ ਮਿਹਨਤ ਕਰਦੇ ਆ ਅਤੇ ਚੰਗੀ ਤਰ੍ਹਾਂ ਵਿਹਾਰ ਕਰਦੇ ਆ, ਅਤੇ ਉਹਦੇ ਕਰਕੇ ਰਿਸਪੈਕਟ ਆ ਜੀ। ਖੇਤੀਬਾੜੀ ਐਗਰੀਕਲਚਰ ਦੇ ਵਿੱਚ ਵੀ ਆਪਣੇ ਪੰਜਾਬੀ ਜਿਹੜੇ ਆ ਉਹ ਪਏ ਆ ਇਸ ਵੇਲੇ? ਆਪਣੇ ਜੀ ਬਹੁਤ ਪੰਜਾਬੀ, ਆਪਣੇ ਕੇਨਸ ਏਰੀਆ ਹੈਗਾ ਆਪਣੇ ਸਭ ਤੋਂ ਜਦੋਂ ਪਹਿਲਾਂ ਪੰਜਾਬੀ ਗਏ ਆ ਉਹ ਖੇਤੀਬਾੜੀ 'ਚ ਹੀ ਗਏ ਸੀ। 1817-1880 'ਚ ਸਾਡੀ ਜਗ੍ਹਾ ਇੱਕ ਛੋਟੀ ਜਿਹੀ ਵਲਗੂਲ ਗਾਕ ਆਫ ਸਾਰਬਰ, ਓਕੇ, ਉੱਥੇ ਪੰਜਾਬੀ ਗਏ ਸੀ ਅਤੇ ਆਪਣੇ ਉੱਥੇ ਵਲਗੂਲ ਗਏ ਜਿਹਨੂੰ ਵਲਗੂਲ ਗਾ ਕਹਿੰਦੇ, ਅਤੇ ਉੱਥੇ ਕੇਲਿਆਂ ਦੀ ਖੇਤੀ ਕਰਦੇ ਆ, ਬਲੂ ਬੈਰੀਜ਼ ਦੀ ਖੇਤੀ ਕਰਦੇ ਆ, ਆਪਣੇ ਕੇਨਸ ਵੀ ਫਾਰਮਸ ਹੈਗੇ ਲੋਕਾਂ ਦੇ, ਆਪਣੇ ਇੱਕ ਵਿਕਟੋਰੀਆ 'ਚ ਹੁਣ ਫਾਰਮ ਕਈ ਹੈਗੇ ਆ, ਅਤੇ ਹੁਣ ਆਪਣੇ ਪੰਜਾਬੀ ਕਈ ਇਸ ਕੰਮ 'ਚ ਵੀ ਫਾਰਮਿੰਗ ਲਾਈਨ 'ਚ ਵੀ ਆ ਚੁੱਕੇ ਆ। ਗ੍ਰਿਫਤ ਇੱਕ ਏਰੀਆ ਹੈਗਾ ਜਿੱਥੇ ਕਿਨੂਆ ਦੇ ਬਾਗ ਆ, ਉੱਥੇ ਜਾ ਕੇ ਐਂ ਲੱਗਦਾ ਵੀ ਤੁਸੀਂ ਅਬੋਹਰ ਦੇ ਕਿਸੇ ਪਿੰਡ 'ਚ ਬੈਠੇ ਹੋ, ਤਾਂ ਉਹ ਏਰੀਆ ਗ੍ਰਿਫਤ ਕਹਿੰਦੇ, ਉੱਥੇ ਬਹੁਤ ਪੰਜਾਬੀ ਰਹਿੰਦੇ ਆ ਜੀ ਆਪਣੇ। ਇੱਥੇ ਅਸੀਂ ਰੋਕ ਰਹੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਵਾਸਤੇ, ਬ੍ਰੇਕ ਤੋਂ ਬਾਅਦ ਅਸੀਂ ਡਾਕਟਰ ਜਗਵਿੰਦਰ ਸਿੰਘ ਵਿਰਕ ਨਾਲ ਗੱਲਬਾਤ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਤੋਂ ਆਏ ਡਾਕਟਰ ਜਗਵਿੰਦਰ ਸਿੰਘ ਵਿਰਕ ਨਾਲ। ਡਾਕਟਰ ਵਿਰਕ, ਆਸਟ੍ਰੇਲੀਆ ਦੇ ਵਿੱਚ ਇੰਡੀਅਨਸ ਵਾਸਤੇ ਔਰ ਪੰਜਾਬੀਆਂ ਵਾਸਤੇ 2009 ਤੋਂ 11 ਬਹੁਤ ਔਖਾ ਪੀਰੀਅਡ ਸੀਗਾ, ਕਾਫੀ ਇੰਡੀਅਨਸ ਤੇ ਪੰਜਾਬੀਆਂ ਤੇ ਹਮਲੇ ਵੀ ਹੋਏ, ਉਹਦਾ ਕੀ ਕਾਰਨ ਸੀਗਾ? ਪਤਾ ਲੱਗਾ ਵੀ ਹੁਣ ਦੇਖੋ ਹਮਲੇ ਕਿਉਂ ਹੋਏ? ਹਮਲੇ ਹੋਏ ਜੀ, ਉੱਥੇ ਬਹੁਤ ਮੰਦਭਾਗੀ ਘਟਨਾ ਸੀ, ਕਈ ਬੰਦਿਆਂ ਦੀਆਂ ਡੈਥਸ ਵੀ ਹੋਈਆਂ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਉਹ ਜਿਹੜੀ ਉਦੋਂ ਗੌਰਮੈਂਟ ਨੇ ਕਮੇਟੀ ਫੋਰਮ ਕੀਤੀ ਸੀ, ਮੈਂ ਚੇਅਰਮੈਨ ਸੀ ਉਸ ਕਮੇਟੀ ਦਾ ਆਸਟ੍ਰੇਲੀਆ। ਰੀਜ਼ਨ ਕੀ ਸੀ? ਉੱਥੇ ਉਦੋਂ ਉਸ ਦਹਾਕੇ 'ਚ 5 ਜਾਂ 6 ਮਰਡਰ ਹੋਏ, ਅਤੇ 5-6 ਮਰਡਰਾਂ 'ਚੋਂ ਇੱਕ ਜਿਹੜੇ ਇੱਕ ਦੋ ਮਰਡਰ ਹੋਏ ਉਹਦੇ 'ਚ ਆਸਟ੍ਰੇਲੀਅਨ ਜਿਹੜੇ ਬੰਦੇ ਆਲਵੇਜ਼ ਦੇ ਆਰ ਬੈਡ ਐਪਲਸ ਇਨ ਵੈਜੀਟੇਬਲ ਮਾਰਕੀਟ 'ਚ ਹੁੰਦੇ ਆ। ਪਰ ਮਾੜੇ ਸੇਬ ਹੋਣ ਦਾ ਮਤਲਬ ਇਹ ਨਹੀਂ ਵੀ ਸਬਜ਼ੀ ਮੰਡੀ ਮਾੜੀ ਹੋ ਜਾਂਦੀ ਹੈ। ਯੈਸ, ਉੱਥੇ ਸ਼ਰਾਰਤੀ ਅਨਸਰ ਹੈਗੇ, ਗੰਦੇ ਅਨਸਰ ਹੈਗੇ ਆ, ਬਟ ਉਹਦੇ 'ਚ ਆਹ ਵੀ ਦੇਖਣਾ ਪੈਣਾ ਆਪਾਂ ਨੂੰ, ਦੇਖਣਾ ਚਾਹੀਦਾ ਵੀ ਜਿਹੜੇ ਕਈ ਮਰਡਰ ਹੋਏ ਉਹ ਆਪਣੇ ਇੰਡੀਅਨਸ ਨੇ ਇੰਡੀਅਨਸ ਦੇ ਕੀਤੇ ਜਾਂ ਪੰਜਾਬੀਆਂ ਨੇ ਪੰਜਾਬੀਆਂ ਦੇ ਕੀਤੇ। ਐਂਡ ਦੋ ਆਲ ਪੀਪਲ, ਸਾਰੇ ਬੰਦੇ ਹੁਣ ਬਿਹਾਈਂਡ ਬਾਰਸ ਆ ਜੀ, ਉੱਥੇ ਉਹਨਾਂ ਨੂੰ ਕਨਵਿਕਟ ਕਰ ਦਿੱਤਾ ਗਿਆ। ਉੱਥੇ ਲਾਅ ਬੜੀ ਇਨਫੋਰਸਮੈਂਟ ਬਹੁਤ ਫਾਸਟ ਹੈ ਜੀ ਉੱਥੇ। ਆਸਟ੍ਰੇਲੀਅਨਸ ਨੇ ਇਸ ਚੀਜ਼ ਦਾ ਬਹੁਤ ਜ਼ਿਆਦਾ, ਗੌਰਮੈਂਟ ਨੇ ਇਹਦਾ ਲਿਆ। ਯੈਸ, ਦੋ ਬੜਾ ਮਾੜਾ ਟਾਈਮ ਸੀ 2008-09 ਦਾ, ਆਸਟ੍ਰੇਲੀਅਨ ਰੈਪੂਟੇਸ਼ਨ ਉਹਦੇ ਚੱਕਰ 'ਚ ਡਾਊਨ ਗਈ, ਉਹਦਾ ਇਮੇਜ ਡਾਊਨ ਗਿਆ। ਇੱਥੇ ਮੀਡੀਆ ਨੇ, ਜਿਹੜੀ ਇੰਡੀਅਨ ਮੀਡੀਆ ਸੀ, 80-90% ਮੀਡੀਆ ਨੇ ਗਲਤ ਦਿਖਾਇਆ ਗਿਆ ਵੀ ਆਸਟ੍ਰੇਲੀਅਨ ਰੇਸਿਸਟ ਆ। ਇਹੋ ਜਿਹੀ ਉੱਥੇ ਕੋਈ ਗੱਲ ਨਹੀਂ ਹੈਗੀ, ਸਾਡੇ ਉੱਥੇ ਬੱਚੇ ਉੱਥੇ ਖੇਡਦੇ ਆ, ਸਕੂਲਾਂ 'ਚ ਪੜ੍ਹਦੇ ਆ, ਉਹਨਾਂ ਦੀ ਗੇਮਸ ਖੇਡਦੇ ਆ, ਅਸੀਂ ਉੱਥੇ ਪੋਲੀਟਿਕਸ 'ਚ ਹਾਂ ਜੀ ਉੱਥੇ, ਅਤੇ ਇਹੋ ਜਿਹੀ ਰੇਸਿਜ਼ਮ ਨਾਲ ਦੀ ਕੋਈ ਗੱਲ ਨਹੀਂ ਹੈਗੀ। ਠੀਕ ਹੈ, ਸ਼ਰਾਰਤੀ ਮਾੜੇ ਅਨਸਰ ਹਰੇਕ ਥਾਂ 'ਤੇ ਹੁੰਦੇ, ਆਪਣੇ ਇੰਡੀਆ 'ਚ ਵੀ ਹੈਗੇ ਆ, ਪੰਜਾਬ 'ਚ ਵੀ ਹੈਗੇ ਆ, ਅਤੇ ਐਂ ਹੀ ਉੱਥੇ ਹੈਗੇ। ਤੁਸੀਂ ਉਦੋਂ ਮੇਰੇ ਖਿਆਲ ਕਾਫੀ ਅਹਿਮ ਭੂਮਿਕਾ ਨਿਭਾਈ, ਮੇਰੇ ਖਿਆਲ ਜਿਹੜੇ ਕੋਈ ਪੀੜਿਤ ਪਰਿਵਾਰ ਸੀ ਉਹਨਾਂ ਵਾਸਤੇ ਫੰਡ ਰੇਜ਼ਿੰਗ ਵੀ ਕੀਤੀ। ਅਸੀਂ ਫੰਡ ਰੇਜ਼ਿੰਗ ਕੀਤੀ, ਇੱਥੇ ਆਪਣੇ ਹਰਿਆਣੇ ਦਾ ਮੁੰਡਾ ਸੀ, ਉਹਨੂੰ ਕਿਸੇ ਨੇ ਪੈਟਰੋਲ ਬੰਬ ਜਿਹਨੂੰ ਆਪਾਂ ਕਹਿੰਦੇ ਹਾਂ ਬੋਤਲ ਪਾ ਕੇ ਸਾੜ ਦਿੱਤਾ ਗਿਆ, ਉਦੋਂ ਇੰਸ਼ੋਰੈਂਸ ਨਹੀਂ ਸੀ ਹੈਗੀ, ਉਹਦੇ ਵਾਸਤੇ ਅਸੀਂ ਬੜੇ ਪੈਸੇ ਇਕੱਠੇ ਕੀਤੇ, ਅਤੇ ਉਹਨੂੰ ਸਰਕਾਰ ਤੋਂ ਵੀ ਇੰਡੀਅਨ ਕਰੰਸੀ ਜਿਵੇਂ ਮੈਂ ਕਹਿੰਦੀ 40-50 ਲੱਖ ਰੁਪਏ ਦੀ ਗ੍ਰਾਂਟ ਦਵਾਈ। ਹਾਂ, ਇਹੋ ਜਿਹੇ ਉਪਰਾਲੇ ਜਿਹੜੇ ਉੱਥੇ ਸਾਰਾ ਭਾਈਚਾਰਾ ਉੱਥੇ ਇਕੱਠਾ ਹੁੰਦਾ ਜੀ, ਇਸ ਗੱਲ 'ਤੇ ਕੋਈ ਪ੍ਰੋਬਲਮ ਹੁੰਦੀ ਹੈ। ਗੁਰਦੁਆਰੇ ਬਹੁਤ ਵੱਡੇ ਭੂਮਿਕਾ ਨਿਭਾਉਂਦੇ ਆ ਉੱਥੇ, ਪਿਛਲੇ ਕੁਝ ਸਾਲਾਂ ਤੱਕ ਤਾਂ ਉੱਥੇ ਜਿਹੜੀ ਡੈਡ ਬੋਡੀਜ਼ ਇੰਡੀਆ ਤੋਂ ਆਉਂਦੀਆਂ ਸੀ ਜਿਹੜੀ ਇੰਡੀਅਨ ਕਿਸੇ ਬੰਦੇ ਦੀ, ਤਾਂ ਇੰਡੀਅਨ ਗੌਰਮੈਂਟ ਉਹ 'ਚ ਪੈਸੇ ਨਹੀਂ ਸੀ ਦਿੰਦੀ। ਉਹ ਅਸੀਂ ਮੁੱਦਾ ਚੱਕਿਆ ਜਦੋਂ ਇੱਥੇ ਪੁਰਾਣੀ ਕਾਂਗਰਸ ਗੌਰਮੈਂਟ ਹੁੰਦੀ ਸੀ ਵੀ ਤੁਸੀਂ ਫੰਡ ਜਨਰੇਟਰ ਕਰੋ ਜੇ ਕੱਲ੍ਹ ਨੂੰ ਕੋਈ ਬੰਦਾ ਡੈਥ ਹੋ ਜਾਂਦੀ ਹੈ ਉੱਥੇ, ਤਾਂ ਗੁਰਦੁਆਰੇ ਤਾਂ ਐਡੀ ਵੱਡੀ ਭੂਮਿਕਾ ਨਿਭਾਉਂਦੇ ਆ ਸਾਡੇ ਉੱਥੇ। ਜੇ ਕੋਈ ਮੰਨ ਲਓ ਕੋਈ ਹੋਰ ਸਟੇਟ ਦਾ ਬੰਦਾ ਵੀ ਮਰ ਜਾਵੇ ਤਾਂ ਉਹਦੇ ਵਾਸਤੇ ਵੀ ਪੈਸੇ ਇਕੱਠੇ ਗੁਰਦੁਆਰੇ ਹੁੰਦੇ ਆ, ਤਾਂ ਗੁਰਦੁਆਰਾ ਪਲੇਡ ਏ ਮੇਜਰ ਰੋਲ ਇਨ ਡੈਟ। ਹੁਣ ਤਾਂ ਚਲੋ ਠੀਕ ਹੈ, ਇੰਡੀਅਨ ਗੌਰਮੈਂਟ ਪੈਸੇ ਦੇਣ ਲੱਗ ਗਈ, $8,000-$10,000 ਦਾ ਖਰਚਾ ਹੁੰਦਾ ਡੈਡ ਬੋਡੀ ਲਿਆਉਣ ਦਾ, ਇੱਥੇ 4-5 ਲੱਖ ਰੁਪਏ ਲੱਗਦਾ ਇੱਕ ਪੀੜਤ ਨੂੰ। ਪਹਿਲਾਂ ਹੀ ਤੁਸੀਂ ਪਰਿਵਾਰ ਹੁੰਦਾ ਕੋਈ ਮਰ ਜਾਂਦਾ, ਇੱਕ ਤੁਸੀਂ ਉਹਦੇ ਪੈਸੇ ਦਾ ਬੋਝ ਪਾ ਦਿਓ, ਅਤੇ ਹੁਣ ਇੰਡੀਅਨ ਗੌਰਮੈਂਟ ਨੇ ਇੱਕ ਫੰਡ ਬਣਾਇਆ ਵਾ ਸਪੈਸ਼ਲ ਜੇ ਕੋਈ ਇਹੋ ਜਿਹੀ ਕੋਈ ਘਟਨਾ ਹੁੰਦੀ ਆ ਤਾਂ ਇੰਡੀਅਨ ਗੌਰਮੈਂਟ ਗੇਵ ਮਨੀ ਫੋਰ ਡੈਟ। ਡਾਕਟਰ ਵਿਰਕ, ਹੁਣ ਉੱਥੇ ਕੀ ਆਸਟ੍ਰੇਲੀਆ ਦੇ ਵਿੱਚ ਕੀ ਸਥਿਤੀ ਆ, ਕੀ ਹੁਣ ਉੱਥੇ ਬਿਲਕੁਲ ਸੇਫ ਆ ਇੰਡੀਅਨਸ ਵਾਸਤੇ, ਪੰਜਾਬੀਆਂ ਵਾਸਤੇ ਉੱਥੇ ਜਾਣਾ ਔਰ ਉੱਥੇ ਰਹਿਣਾ? ਆਸਟ੍ਰੇਲੀਆ ਆਲਵੇਜ਼ ਸੇਫ ਰਿਹਾ ਜੀ, ਪਹਿਲਾਂ ਵੀ ਸੇਫ ਸੀ, ਅੱਜ ਵੀ ਸੇਫ ਆ ਉੱਥੇ। ਇਹੋ ਜਿਹੀਆਂ ਜਿਹੜੀਆਂ ਇੱਕੀ ਦੁੱਖੀ ਘਟਨਾ ਉਹ ਹਰੇਕ ਥਾਂ 'ਤੇ ਹੁੰਦੀਆਂ, ਚੰਡੀਗੜ੍ਹ 'ਚ ਬੈਠੇ ਆਪਾਂ ਇੱਥੇ ਵੀ ਘਟਨਾ ਹੁੰਦੀਆਂ, ਤਾਂ ਘਟਨਾ ਹੋਣ ਦਾ ਮਤਲਬ ਇਹ ਨਹੀਂ ਵੀ ਉਹ ਸੇਫ ਨਹੀਂ ਹੈ। ਜਗ੍ਹਾ ਬਹੁਤ ਵਧੀਆ ਜਗ੍ਹਾ, ਉੱਥੇ ਫਿਊਚਰ ਬੱਚਿਆਂ ਦਾ ਬਹੁਤ ਬ੍ਰਾਈਟ ਹੈ ਜੀ, ਉੱਥੇ ਕੰਮ ਕਰਦੇ ਬੱਚੇ ਆਪਣੇ। ਤੁਸੀਂ ਜੋ ਤੁਸੀਂ ਦੇਖੋਗੇ ਆ ਕੇ ਆਪਣੇ ਯੰਗਸਟਰਸ
ਘੁਲਦੇ ਮਿਲਦੇ ਜ਼ਿਆਦਾ ਆਪਾਂ ਨੂੰ ਵੱਧ ਤੋਂ ਵੱਧ ਹੁਣ ਅਸੀਂ ਆਸਟ੍ਰੇਲੀਅਨ ਪੋਲੀਟਿਕਸ 'ਚ ਮੈਂ ਬਹੁਤ ਜ਼ਿਆਦਾ ਉਹਨਾਂ ਆਸਟ੍ਰੇਲੀਅਨ 'ਚ ਰਹਿੰਦਾ ਵੀ ਜਦੋਂ ਤੁਸੀਂ ਉਹਨਾਂ ਦੇ ਨੇੜੇ ਜਾਂਦੇ ਹੋ ਦੇਖਦੇ ਹੋ ਅਤੇ ਆਪਦੇ ਕਲਚਰ ਬਾਰੇ ਗੱਲ ਦੱਸਦੇ ਹੋ ਆਪਦੇ ਫੂਡ ਬਾਰੇ ਗੱਲ ਦੱਸਦੇ ਹੋ ਤਾਂ ਉਹਦੇ ਨਾਲ ਨੇੜਤਾ ਹੋਰ ਵੱਧਦੀ ਹੈ ਬਿਲਕੁਲ ਘੁਲ ਮਿਲਣ ਔਰ ਅਸਿਮੀਲੇਸ਼ਨ ਦੀ ਬਹੁਤ ਲੋੜ ਹੈ ਯੈਸ ਉਹ ਬਹੁਤ ਜ਼ਿਆਦਾ ਲੋੜ ਆ ਜਿਹਦੇ 'ਚ ਆਪਾਂ ਜਿੱਥੇ ਆਪਣੇ 'ਚ ਕਮੀ ਹੈਗੀ ਹੈ ਜੀ ਡਾਕਟਰ ਵਿਰਕ ਇਸ ਵੇਲੇ ਫਿਗਰਸ ਕੀ ਆ ਇੰਡੀਅਨਸ ਦੀ ਕੀ ਸਟਰੈਂਥ ਹੈ ਆਸਟ੍ਰੇਲੀਆ 'ਚ ਉਹਨਾਂ 'ਚੋਂ ਕਿੰਨੇ ਕੁ ਪੰਜਾਬੀ ਆ ਆਪਣੇ ਉੱਥੇ ਇੰਡੀਅਨਸ ਦੀ ਸਟਰੈਂਥ 4.5 ਲੱਖ ਇੰਡੀਅਨਸ ਹੈਗੇ ਆ ਅਤੇ ਜਿਹਦੇ 'ਚੋਂ 2.5-2 ਲੱਖ ਪੰਜਾਬੀ ਆ ਜੀ ਉੱਥੇ ਸਭ ਤੋਂ ਜ਼ਿਆਦਾ ਫਾਸਟਿੰਗ ਗਰੋਇੰਗ ਪੰਜਾਬੀ ਕਮਿਊਨਿਟੀ ਹੈ ਅਤੇ ਜੇ ਤੁਹਾਨੂੰ ਬੜਾ ਮਾਣ ਵਾਲੀ ਗੱਲ ਆ ਸਾਡੇ ਇੱਕ ਜਗ੍ਹਾ ਉੱਥੇ ਬਲੈਕ ਟਾਊਨ ਵੱਡਾ ਜਿਹਨੂੰ ਆਪਾਂ ਸਬਰਬ ਕਹਿੰਦੇ ਅਸੀਂ ਜਿਹਨੂੰ ਤੁਸੀਂ ਇੱਥੇ ਜ਼ਿਲ੍ਹਾ ਕਹਿ ਦਿੰਦੇ ਹੋ ਸਾਡਾ ਸੈਕਟਰ ਆ ਬਹੁਤ ਵੱਡਾ ਉੱਥੇ ਸਭ ਤੋਂ ਫਾਸਟਿੰਗ ਗਰੋਇੰਗ ਜਿਹੜਾ ਸਰਨੇਮ ਆ ਉਹ ਸਿੰਘ ਆ ਜੀ ਓਕੇ ਅਤੇ ਇੱਕ ਪੈਰਾਮੈਟਾ ਜਗ੍ਹਾ ਹੈਗੀ ਆ ਉੱਥੇ ਇੰਡੀਆ ਉੱਥੇ ਸਭ ਤੋਂ ਜ਼ਿਆਦਾ ਫਾਸਟਿੰਗ ਗਰੋਇੰਗ ਸਰਨੇਮ ਪਟੇਲ ਆ ਰਿਹਾ ਜੀ ਉੱਥੇ ਗੁਜਰਾਤੀ ਜ਼ਿਆਦਾ ਇੱਥੇ ਬਲੈਕ ਟਾਊਨ ਪੰਜਾਬੀ ਜ਼ਿਆਦਾ ਓਕੇ ਤਾਂ ਉਹ ਰੀਜ਼ਨ ਉਹਦਾ ਨਾਮ ਬਲੈਕ ਟਾਊਨ ਕਿਉਂ ਰੱਖਿਆ ਆਪਣੇ ਕਰਕੇ ਬਲੈਕ ਕਿਉਂ ਉੱਥੇ ਵੈਸੇ ਬਲੈਕ ਨਹੀਂ ਉੱਥੇ ਉਹ ਪੁਰਾਣੀ ਉਹਨਾਂ ਦੇ ਇਹਨਾਂ ਦੇ ਜਿਹੜੇ ਓਰਿਜਨਲ ਨਾਮਸ ਰੱਖੇ ਹੋਏ ਆ ਬਲੈਕ ਟਾਊਨ ਅਤੇ ਉਹ ਬਾਕੀ ਅਦਰਵਾਈਜ਼ ਉਹਨਾਂ ਕੋਈ ਰਿਲੇਸ਼ਨ ਨਹੀਂ ਜੀ ਉੱਥੇ ਅਤੇ ਇਹਦੇ 'ਚ ਜਿਹੜੀ ਉੱਥੇ ਤੁਸੀਂ ਦੱਸਿਆ ਵਾ ਵੀ ਕਰੀਬ 4 ਲੱਖ ਇੰਡੀਅਨਸ ਵਿੱਚੋਂ 2.5 ਲੱਖ ਪੰਜਾਬੀ ਇਹਦੇ 'ਚੋਂ ਸਟੂਡੈਂਟਸ ਕਿੰਨੇ ਕਿਆ ਆਪਣੇ ਜੇ ਤੁਸੀਂ ਪਿਛਲੇ ਮਾਈਗ੍ਰੇਸ਼ਨ ਦੇਖੋ 1999 ਤੋਂ 2006 ਤੱਕ ਬਹੁਤ ਮਾਈਗ੍ਰੇਸ਼ਨ ਹੋਈ ਜਿਹਦੇ 'ਚ ਐਗਰੀਕਲਚਰ ਲਾਈਨ ਤੋਂ ਬਹੁਤ ਬੰਦੇ ਉੱਥੇ ਗਏ ਉਹਨੂੰ ਛੱਡ ਕੇ ਤੁਸੀਂ ਲਾ ਲਓ ਅੱਜ ਦੀ ਡੇਟ 'ਚ ਜਿਹੜੇ ਉੱਥੇ ਬਹਿਗੇ ਆ ਬੰਦੇ ਉਹ 60-70% ਸਟੂਡੈਂਟਸ ਹੀ ਸੈਟਲ ਹੋਏ ਜਾ ਕੇ ਹੌਲੀ ਹੌਲੀ ਅਤੇ ਉਹੀ ਇਹਨੂੰ ਤੁਸੀਂ ਲਾ ਲਓ ਵੀ ਉਹ ਹੁਣ ਸਟੂਡੈਂਟਸ ਤਾਂ ਰਹਿ ਨਹੀਂ ਗਏ ਜੀ ਨਾਓ ਦੇ ਆਰ ਆਸਟ੍ਰੇਲੀਅਨ ਸਿਟੀਜ਼ਨਸ ਅਤੇ ਸਟੂਡੈਂਟਸ ਜ਼ਿਆਦਾ ਹੈ ਇਮੀਗ੍ਰੇਸ਼ਨ ਦੇ ਲਾਜ਼ ਉੱਥੇ ਕਿਸ ਤਰ੍ਹਾਂ ਕਿਉਂਕਿ ਆਪਣੇ ਇੰਡੀਅਨਸ ਖਾਸ ਕਰਕੇ ਪੰਜਾਬੀ ਮੇਰੇ ਖਿਆਲ ਇਮੀਗ੍ਰੇਟ ਬਹੁਤ ਕਰਨਾ ਚਾਹੁੰਦੇ ਆ ਕੀ ਉੱਥੇ ਸੌਖਾ ਵਾ ਇਮੀਗ੍ਰੇਟ ਕਰਨਾ ਪ੍ਰਵਾਸੀਆਂ ਵਾਸਤੇ ਕਿਹੋ ਜਿਹੇ ਰੂਲਸ ਰੈਗੂਲੇਸ਼ਨਸ ਆ ਦੇਖੋ ਜੇ ਤੁਸੀਂ ਸਕਿੱਲਡ ਹੈਗੇ ਹੋ ਜੀ ਤਾਂ ਆਸਟ੍ਰੇਲੀਆ ਬੈਸਟ ਕੰਟਰੀ ਹੈ ਰਹਿਣ ਵਾਸਤੇ ਅਤੇ ਪੀ ਆਰ ਲੈਣ ਵਾਸਤੇ ਆਸਟ੍ਰੇਲੀਅਨਸ ਮੰਗਦੇ ਆ ਸਕਿੱਲ ਜੇ ਤੁਹਾਡੇ ਸਕਿੱਲ ਹੈਗੀ ਆ ਸੋ ਤੁਸੀਂ ਪਲੰਬਰ ਹੋ ਇਲੈਕਟ੍ਰੀਸ਼ਨ ਹੋ ਜਾਂ ਹੋਰ ਹੋ ਤੁਹਾਡੇ ਆਈਲੈਟਸ 'ਚ ਨੰਬਰ ਚੰਗੇ ਹੈਗੇ ਆ ਤਾਂ ਦੈਨ ਦੇ ਵਿਲ ਗਿਵ ਯੂ ਵੀਜ਼ਾਸ ਸਾਡੇ ਉੱਥੇ ਜਦੋਂ ਆ ਗੌਰਮੈਂਟ ਸਾਡੀ ਬਣੀ ਆ ਲਾਸਟ ਟਨਿਓਰ 'ਚ ਬਣੀ ਆ 2013 'ਚ ਲਿਬਰਲ ਪਾਰਟੀ ਤੋ ਸਾਡੇ ਪ੍ਰਧਾਨ ਮੰਤਰੀ ਦਾ ਪਹਿਲਾ ਜਿਹੜਾ ਮੈਸੇਜ ਸੀ ਵੀ ਆਸਟ੍ਰੇਲੀਆ ਇਜ਼ ਓਪਨ ਫੋਰ ਬਿਜ਼ਨਸ ਅਤੇ ਸਾਡੇ ਉੱਥੇ ਹੁਣ 4-5-7 ਵੀਜ਼ੇ ਬਹੁਤ ਲੋਕ ਆ ਰਹੇ ਆ ਜਿਹਨੂੰ ਆਪਾਂ ਵਰਕ ਵੀਜ਼ਾ ਕਹਿ ਦਿੰਦੇ ਹਾਂ 4-4 ਸਾਲ ਜੇ ਬੰਦੇ ਕੋਲ ਸਕਿੱਲ ਹੈਗਾ ਤਾਂ ਉੱਥੇ ਕੰਪਨੀਜ਼ ਬੈਠੀਆਂ ਉਹਨਾਂ ਨੂੰ ਲੋਕਾਂ ਨੂੰ ਬੁਲਾਉਣ ਵਾਸਤੇ 1 ਰੁਪਿਆ ਵੀ ਦੇਣ ਦੀ ਲੋੜ ਨਹੀਂ ਪੈਂਦੀ ਜੀ ਤੁਸੀਂ ਸਿਰਫ ਆਈਲੈਟਸ ਦੇਣਾ ਕਿਸ ਨੂੰ ਕੋਈ ਪੈ ਤੁਸੀਂ ਆਪਦੇ ਉਹਨਾਂ ਨੂੰ ਕੁਆਲੀਫਿਕੇਸ਼ਨ ਭੇਜੋ ਵੀ ਸਾਡਾ ਆਹ ਕੋਰਸ ਕੀਤਾ ਹੋਇਆ ਜਿਹਨੂੰ ਆਪਾਂ ਅਤੇ ਆਹ ਸਾਡੇ ਨੰਬਰ ਆ ਅਤੇ ਕੰਪਨੀ ਤੁਹਾਨੂੰ ਬੁਲਾਉਂਦੀ ਹੈ 4 ਸਾਲ ਦੇ ਵੀਜ਼ੇ 'ਤੇ ਅਤੇ 4 ਸਾਲ ਦੇ ਵੀਜ਼ੇ 2 ਸਾਲ ਬਾਅਦ ਤੁਹਾਨੂੰ ਪਰਮਾਨੈਂਟ ਰੈਜੀਡੈਂਸ ਕਰ ਦਿੰਦੇ ਆ ਜੀ ਤਾਂ ਆਹ ਇੱਕ ਬਹੁਤ ਵਧੀਆ ਮੈਥਡ ਆ ਜੇ ਸਕਿੱਲ ਡਿਵੈਲਪਮੈਂਟ ਲੋਕ ਜਾਣਾ ਚਾਹੁਣ ਉੱਥੇ ਡਾਕਟਰ ਵਿਰਕ ਤੁਸੀਂ ਸਿਆਸਤ 'ਚ ਕਾਫੀ ਐਕਟਿਵ ਜੀ ਉੱਥੇ 2010 'ਚ ਤੁਸੀਂ ਇੱਕ ਗ੍ਰਾਸ ਰੂਟਸ ਕੈਂਪੇਨ ਵੀ ਚਲਾਈ ਸੀਗੀ ਲਿਬਰਲ ਪਾਰਟੀ ਵਾਸਤੇ ਹਾਂਜੀ ਹਾਂਜੀ ਜਿਹੜੇ ਆਪਣੇ ਉੱਥੇ ਇੰਡੀਅਨਸ ਆ ਇਹ ਕਿਹੜੀ ਪਾਰਟੀ ਨੂੰ ਮੇਨਲੀ ਸਪੋਰਟ ਕਰਦੇ ਆ ਪੰਜਾਬੀ ਕਿਹਨੂੰ ਸਪੋਰਟ ਕਰਦੇ ਜਿਹੜੇ 2010-11 'ਚ ਮੈਂ ਦੇਖਿਆ 2010-11 'ਚ ਬਹੁਤ ਵੱਡਾ ਵੈਕਿਊਮ ਸੀ ਆਸਟ੍ਰੇਲੀਆ 'ਚ ਜਦੋਂ ਮੈਂ ਪੋਲੀਟਿਕਸ 'ਚ ਗਿਆ ਵੀ ਆਪਣੇ ਇੰਡੀਅਨ ਕਮਿਊਨਿਟੀ ਪੋਲੀਟਿਕਸ ਵਾਸਤੇ ਬਿਲਕੁਲ ਇੰਟਰਸਟ ਨਹੀਂ ਸੀ ਲੈਂਦੀ ਹੁੰਦੀ ਆਪਣੇ ਮੇਲਿਆਂ 'ਚ ਇੰਟਰਸਟ ਲੈਂਦੇ ਸੀ ਲੋਕਾਂ ਨੂੰ ਐਮਪੀਆਂ ਦੇ ਨਾਂ ਨਹੀਂ ਸੀ ਪਤਾ ਹੁੰਦੇ ਫਿਰ 2010-11 ਜਿਵੇਂ ਆਪਾਂ ਇੱਥੇ ਚਾਹ ਪਾਣੀ ਕਹਿ ਦਿੰਦੇ ਹਾਂ ਵੀ ਆ ਜਾਓ ਆਪਾਂ ਮਿਨਿਸਟਰ ਆਏ ਆ ਅਸੀਂ ਉੱਥੇ ਕੰਪੇਨ ਸ਼ੁਰੂ ਕੀਤੀ ਟੀ ਪਾਰਟੀ ਕੰਪੇਨ ਤੋ ਟੀ ਪਾਰਟੀ ਕੰਪੇਨ 'ਚ ਅਸੀਂ 12 MPs ਨੂੰ ਲਿਆ ਉਹਨਾਂ ਨੂੰ ਬੁਲਾਇਆ ਘਰਾਂ 'ਚ ਬੁਲਾਇਆ ਲੋਕਾਂ ਦੇ ਗੈਟ ਟੂਗੈਦਰ ਕੀਤੇ 50 ਬੰਦਿਆਂ ਤੋਂ ਲੈ ਕੇ 200 ਬੰਦੇ ਤੱਕ ਵੀ ਆ ਦੇਖੋ ਜੀ ਆ ਸਾਡਾ ਸਮਾਜ ਆ ਐਂ ਆ ਅਤੇ ਉਹਦੇ 'ਚ ਜਦੋਂ ਤੁਸੀਂ ਉਹਨਾਂ ਨੂੰ ਘੁਲਦੇ ਮਿਲਦੇ ਹੋ ਤਾਂ ਅੱਜ ਦੀ ਡੇਟ 'ਚ 2-3 ਸਾਲਾਂ 'ਚ ਹੁਣ ਹਰੇਕ ਬੰਦਾ ਉੱਥੇ ਇੱਕ ਹਰੇਕ MP ਦਾ ਨਾਂ ਜਾਣਦਾ ਆਪਦੇ ਸਰਕਲ ਦੇ ਲਿਬਰਲ ਪਾਰਟੀ ਦੇ ਜਾਣਦਾ ਤੋ ਗੱਲ ਲਿਬਰਲ ਜਾਂ ਲੇਬਰ ਦੀ ਨਹੀਂ ਮੇਨ ਗੱਲ ਆਪਣੀ ਸਮਾਜ ਨੂੰ ਪੋਲੀਟਿਕਸ 'ਚ ਇੰਟਰਸਟ ਰੱਖਣਾ ਚਾਹੀਦਾ ਜੇ ਤੁਸੀਂ ਇੱਥੇ ਸਿਸਟਮ 'ਚ ਆ ਜਾਂਦੇ ਹੋ ਆਸਟ੍ਰੇਲੀਆ 'ਚ ਅਤੇ ਜਦੋਂ ਤੁਸੀਂ ਪੋਲੀਸੀ ਸਿਸਟਮ 'ਚ ਰੱਖਦੇ ਹੋ ਤਾਂ ਤੁਹਾਨੂੰ ਉਹਨਾਂ ਦੀ ਪੋਲਿਸੀਜ਼ ਦਾ ਪਤਾ ਲੱਗਦਾ ਫਿਰ ਤੁਸੀਂ ਉਹਨੂੰ ਇਨਪੁੱਟ ਵੀ ਦੇ ਸਕਦੇ ਹੋ ਤੁਸੀਂ ਪੋਲਿਸੀ 'ਚ ਹੁਣ ਅਸੀਂ ਡੈਲੀਗੇਟ ਪਤਾ ਲੱਗਦਾ ਵੀ ਤੁਹਾਡੇ ਵਾਸਤੇ ਬਿਹਤਰੀ ਕਾਹਦੇ 'ਚ ਬਿਹਤਰੀ ਕਾਹਦੇ 'ਚ ਤੋ ਆਈ ਥਿੰਕ ਪੋਲੀਟਿਕਸ ਇਜ਼ ਦਾ ਬੈਸਟ ਥਿੰਗ ਉਹਦੇ 'ਚ 2011-11 'ਚ ਕੰਪੇਨ ਸਟਾਰਟ ਕੀਤੀ ਸੀ ਸਾਨੂੰ ਬੜਾ ਉਹ ਮਿਲਿਆ ਸਪੋਰਟ ਮਿਲੀ ਅਕਰੋਸ ਇੰਡੀਅਨਸ ਮਿਲੀ ਟੀ ਪਾਰਟੀ ਕੰਪੇਨ ਤੁਸੀਂ 2-3 ਇਸ਼ੂਜ਼ ਉਦੋਂ ਰੇਜ਼ ਕੀਤੇ ਸੀ ਇੱਕ ਤੇ ਕਾਰਬਨ ਟੈਕਸ ਦਾ ਇਸ਼ੂ ਰੇਜ਼ ਕੀਤਾ ਸੀ ਇੱਕ ਤੁਸੀਂ ਕਿਹਾ ਸੀ ਵੀ ਉੱਥੇ ਰੋਜ਼ਮਰਾ ਦੀ ਜ਼ਿੰਦਗੀ 'ਚ ਬਹੁਤ ਮਹਿੰਗੀ ਹੈ ਕਾਸਟ ਆਫ ਲਿਵਿੰਗ ਬਹੁਤ ਜ਼ਿਆਦਾ ਕਾਸਟ ਆਫ ਲਿਵਿੰਗ ਬਹੁਤ ਜ਼ਿਆਦਾ ਸਾਡੇ ਆਸਟ੍ਰੇਲੀਆ 'ਚ ਕਾਰਬਨ ਟੈਕਸ ਜਿਹੜੀ ਪੁਰਾਣੀ ਗੌਰਮੈਂਟ ਆਈ ਸੀ ਲੇਬਰ ਪਾਰਟੀ ਉਹਨਾਂ ਨੇ ਕਾਰਬਨ ਟੈਕਸ ਲਾਤਾ ਸੀ ਅਤੇ ਉਹਦੇ ਚੱਕਰ 'ਚ ਸਾਰੀ ਪ੍ਰਾਈਸਿੰਗ ਜਿਹੜੀਆਂ ਤੇਲ ਨਾਲ ਰਿਲੇਟਡ ਆ ਡੀਜ਼ਲ ਨਾਲ ਰਿਲੇਟਡ ਆ ਇਲੈਕਟ੍ਰਿਸਿਟੀ ਰਿਲੇਟਡ ਆ ਉਹ ਸਾਰੀਆਂ ਵਧੀਆਂ ਸੀ ਤੋ ਫਿਰ ਪਹਿਲੇ ਦਿਨ ਜਦੋਂ ਡਿਸੀਜ਼ਨ ਲਿਆ ਸਾਡੇ ਪ੍ਰਧਾਨ ਮੰਤਰੀ ਨੇ ਆਉਂਦੇ ਸਾਰੀ ਉਹ ਕਾਰਬਨ ਟੈਕਸ ਨੂੰ ਚੱਕਦਾ ਸੀ ਅਸੀਂ ਸਿਗਨੇਚਰ ਕੰਪੇਨ ਚਲਾਈ ਸੀ ਅਤੇ ਉਹਨਾਂ ਦਾ ਅਸੀਂ ਇੱਕ ਹਫ਼ਤੇ 'ਚ 2000 ਤੋਂ ਵੱਧ ਸਿਗਨੇਚਰ ਇਕੱਠੇ ਕਰਕੇ ਇੱਕ ਪਟੀਸ਼ਨ ਪ੍ਰਾਈਮ ਮਿਨਿਸਟਰ ਨੂੰ ਦਿੱਤੀ ਸੀ ਵੀ ਲੋਕ ਨਹੀਂ ਚਾਹੁੰਦੇ ਕਾਰਬਨ ਟੈਕਸ ਅਤੇ ਉਹਨਾਂ ਨੇ ਹੁਣ ਤਾਂ ਖਤਮ ਹੋ ਚੁੱਕਿਆ ਜੀ ਕਾਰਬਨ ਟੈਕਸ ਸਾਡੇ ਆਸਟ੍ਰੇਲੀਆ 'ਚ ਓਕੇ ਤੁਹਾਨੂੰ ਕੀ ਲੱਗਦਾ ਵਾ ਵੀ ਆਸਟ੍ਰੇਲੀਆ ਤੋਂ ਅਸੀਂ ਇੰਡੀਅਨਸ ਪੰਜਾਬੀ ਕੀ
ਅਤੇ ਉਹਦੇ ਚੱਕਰ 'ਚ ਦੇ ਆਰ ਲੋਟ ਆਫ ਥਿੰਗਸ ਜਿਹੜੀਆਂ ਤਿੰਨ ਚਾਰ ਮੇਨ ਸਬਜੈਕਟ ਹੈਗੇ ਸਿੱਖ ਸਪੋਰਟਸ 'ਚ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਸਪੋਰਟਸ ਆ ਸਪੋਰਟਸ 'ਚ ਆਪਾਂ ਬਹੁਤ ਕੁਛ ਸਿੱਖ ਸਕਦੇ ਹਾਂ ਤੁਸੀਂ ਦੇਖੋ 2 ਕਰੋੜ ਪਾਪੂਲੇਸ਼ਨ ਆਸਟ੍ਰੇਲੀਆ ਦੀ ਅਤੇ 100 ਮੈਡਲ ਲੈ ਆਉਂਦੇ ਹੋ ਉਹ 'ਚ ਕਾਮਨਵੈਲਥ ਗੇਮ 'ਚ ਅਤੇ ਆਸਟ੍ਰੇਲੀਆ ਸਾਡਾ ਇੱਕ ਛੋਟਾ ਜਿਹਾ ਸਿਡਨੀ ਸ਼ਹਿਰ ਆ ਅਤੇ ਜੇ ਮੈਨੂੰ ਕੋਈ ਪੁੱਛੇ ਵੀ ਸਿਡਨੀ ਦਾ ਕੀ ਡਿਫਰੈਂਸ ਆ ਆਪਣੇ ਇੰਡੀਆ ਨਾਲ ਅਤੇ ਇੱਕ ਸਿਡਨੀ ਸ਼ਹਿਰ 'ਚ ਸਾਡੇ 700-800 ਕ੍ਰਿਕਟ ਦੇ ਗਰਾਊਂਡ ਆ 1000 ਫੁੱਟਬਾਲ ਦੇ ਗਰਾਊਂਡ ਆ ਓਕੇ ਅਤੇ 300-400 ਮੇਲਾ ਸਵਿਮਿੰਗ ਪੂਲ ਹੋਣਗੇ ਅਤੇ ਦੇ ਆਰ ਲੋਟ ਆਫ ਥਿੰਗਸ ਜਿਹੜੀਆਂ ਆਪਾਂ ਜਿਹੜੇ ਆਪਣੇ ਮੈਡਲ ਨਹੀਂ ਆ ਪਾਉਂਦੇ ਪੰਜਾਬ ਦੇ ਅਤੇ ਉੱਥੋਂ ਦੇ ਜਿਹੜੇ ਕੋਚਿਸ ਨੂੰ ਆਪਾਂ ਇੱਥੇ ਹਾਇਰ ਕਰੀਏ ਕੋਈ ਮਹਿੰਗੇ ਵੀ ਨਹੀਂ ਹੈਗੇ ਇੱਥੇ ਜਿਹੜੇ ਉੱਥੋਂ ਦੇ ਬੰਦੇ ਨੂੰ ਇੱਥੇ ਲਿਆਈਏ ਅਤੇ ਉਹਨਾਂ ਇੱਥੇ ਆਪਣੇ ਸਪੋਰਟਸ 'ਚ ਆਪਾਂ ਬਹੁਤ ਵੱਡਾ ਰੋਲ ਨਿਭਾ ਸਕਦਾ ਆਸਟ੍ਰੇਲੀਆ ਅੱਜ ਦੀ ਡੇਟ 'ਚ ਤੁਸੀਂ ਆਈ ਪੀ ਐਲ ਚੱਲ ਰਿਹਾ ਉਹ 'ਚ ਦੇਖੋ ਜਿਹੜੇ ਹਰੇਕ ਟੀਮ ਦੇ ਸਟਾਰ ਪਲੇਅਰ ਉਹ ਆਸਟ੍ਰੇਲੀਅਨਸ ਆ ਹਾਕੀ ਲੀਗ ਹੁੰਦੀ ਹੈ ਇੰਡੀਆ ਦੀ ਹਰੇਕ ਟੀਮ ਦੇ ਜਿਹੜੀ ਇੰਡੀਅਨ ਹਾਕੀ ਦੇ ਸਟਾਰ ਪਲੇਅਰ ਉਹ ਆਸਟ੍ਰੇਲੀਅਨਸ ਆ ਜੀ ਸਵਿਮਿੰਗ 'ਚ ਆਸਟ੍ਰੇਲੀਅਨਸ ਬਹੁਤ ਅੱਗੇ ਆ ਬਾਕਸਿੰਗ 'ਚ ਆਸਟ੍ਰੇਲੀਅਨ ਆ ਰਹੇ ਆ ਹੁਣ ਅਤੇ ਆਪਣੇ ਜਿਹੜੇ ਬੱਚੇ ਉੱਥੇ ਨਵੀਂ ਜਨਰੇਸ਼ਨ ਹੈ ਜਿਹੜੇ ਬੱਚੇ ਉੱਥੇ ਜੰਮੇ ਪਲੇ ਆ ਉਹ ਕਿੰਨੇ ਕਿਆ ਉੱਥੋਂ ਦੀਆਂ ਸਪੋਰਟਸ ਦੇ ਵਿੱਚ ਹੁਣ ਬਹੁਤ ਆਪਣੇ ਇੱਕ ਮੁੰਡਾ ਜੀ ਪੰਜਾਬੀ ਗੁਰਿੰਦਰ ਸੰਧੂ ਉਹ ਉੱਥੇ ਹੀ ਪੈਦਾ ਹੋਇਆ ਹੋਇਆ ਉੱਥੇ ਉਹਨਾਂ ਦੇ ਫਾਦਰ ਇੱਥੋਂ ਗਏ ਹੋਏ ਆ ਅਤੇ ਉਹ ਹੁਣ ਇੰਡੀਅਨ ਟੀਮ ਉੱਥੇ ਆਸਟ੍ਰੇਲੀਅਨ ਟੀਮ 'ਚ ਖੇਡਿਆ ਅੱਜ ਉਹ ਡੈਲੀ ਡੈਵਲ ਦੀ ਟੀਮ 'ਚ ਖੇਡ ਰਿਹਾ ਆਪਣੇ ਹੁਣ ਮੇਰਾ ਬੇਟਾ ਖੁਦ ਕ੍ਰਿਕਟ ਖੇਡਦਾ ਅੰਡਰ 11 ਅੰਡਰ ਹੁਣ ਆਪਣੇ ਬੱਚੇ ਡੇਲੀ ਹੁਣ ਆਪਣੇ ਬੱਚੇ ਬਹੁਤ ਇਸ ਚੀਜ਼ 'ਚ ਜਾ ਰਹੇ ਆ ਆਪਣੇ ਪੇਰੈਂਟਸ ਉਹਨਾਂ ਨੂੰ ਅਗਾਹ ਵਧਾ ਰਹੇ ਆ ਵੀ ਸੋਕਰ 'ਚ ਵਧਾ ਰਹੇ ਆ ਕ੍ਰਿਕਟ 'ਚ ਵਧਾ ਰਹੇ ਆ ਤੋ ਨਾਓ ਇਟਸ ਅ ਵੈਰੀ ਗੁੱਡ ਇਨਵਾਇਰਮੈਂਟ ਫੋਰ ਸਪੋਰਟਸ ਅਤੇ ਉਹਦੇ 'ਚ ਹਰੇਕ ਪੇਰੈਂਟ ਸੈਚਰਡੇ ਮੋਰਨਿੰਗ ਜਿਹੜੇ ਆਪਣੇ ਆਸਟ੍ਰੇਲੀਅਨਸ ਹੁੰਦੇ ਆ ਉਹ ਗਰਾਊਂਡ 'ਚ ਹੁੰਦੇ ਆ ਬੱਚਿਆਂ ਨਾਲ ਤਾਂ ਉਹ ਚੀਜ਼ ਦੇਖਣ ਵਾਲੀ ਆ ਬਈ ਕਿੰਨਾ ਕਿੰਨੀ ਡੈਡੀਕੇਸ਼ਨ ਆ ਬਈ ਹਰੇਕ ਪੇਰੈਂਟਸ ਬਈ ਬੱਚੇ ਨੂੰ 7:30 ਲੈ ਕੇ ਗਰਾਊਂਡ 'ਚ ਪਹੁੰਚਦੇ ਆ ਅਤੇ ਪ੍ਰੋਪਰ ਉੱਥੇ ਮੈਚ ਹੁੰਦੇ ਆ ਜੀ ਅਤੇ ਉਹਦੇ ਨਾਲ ਬੱਚੇ ਦੀ ਫਿਜ਼ੀਕ ਫਿੱਟ ਰਹਿੰਦੀ ਹੈ ਇੰਟੈਲੀਜੈਂਸ ਫਿੱਟ ਰਹਿੰਦਾ ਸਾਰਾ ਕੁਛ ਫਿੱਟ ਰਹਿੰਦਾ ਬੱਚਾ ਡਾਕਟਰ ਵਿਰਕ ਜਿਹੜੇ ਆਪਣੇ ਤੋਂ ਇੱਥੋਂ ਇੰਡੀਅਨਸ ਆਸਟ੍ਰੇਲੀਆ ਜਾਣਾ ਚਾਹੁੰਦੇ ਖਾਸ ਕਰਕੇ ਜਿਹੜੇ ਸਟੂਡੈਂਟਸ ਉੱਥੇ ਜਾਣਾ ਚਾਹੁੰਦੇ ਹਾਂਜੀ ਉਹਨਾਂ ਵਾਸਤੇ ਤੁਹਾਡਾ ਕੀ ਸੁਨੇਹਾ ਉੱਥੇ ਸਟੂਡੈਂਟਸ ਆਹ ਚੀਜ਼ ਜ਼ਰੂਰ ਦੇਖਣ ਜੀ ਪਲੀਜ਼ ਮੈਂ ਰਿਕੁਐਸਟ ਕਰਨਾ ਚਾਹੁੰਦਾ ਸਾਰੇ ਸਟੂਡੈਂਟਸ ਨੂੰ ਉਸ ਦੇਸ਼ ਨੂੰ 4 ਸਾਲ ਦਿਓ ਜੇ ਤੁਸੀਂ ਉਹ ਤੋਂ 40 ਸਾਲ ਵਾਪਸ ਲੈਣੇ ਆਪਣੇ ਸਟੂਡੈਂਟਸ ਕੀ ਕਰਦੇ ਆ ਜਾ ਕੇ ਐਜੂਕੇਸ਼ਨ ਲਾਈਨ ਨੂੰ ਤਵੱਜੋ ਨਾ ਦੇ ਕੇ ਕੰਮਾਂ 'ਚ ਪੈ ਜਾਂਦੇ ਆ ਜੀ ਜੋ ਤੁਸੀਂ ਉੱਥੇ ਜਾਂਦੇ ਹੋ ਡਿਗਰੀਆਂ ਕਰੋ ਡਿਗਰੀਆਂ ਕਰਕੇ ਤੁਸੀਂ ਵੈਲ ਟੂ ਡੂ ਜੋਬਸ ਕਰੋ ਉੱਥੇ ਅਤੇ ਇੱਥੇ ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਬੱਚੇ ਨੂੰ ਭੇਜ ਰਹੇ ਹਾਂ ਤਾਂ ਅਸੀਂ ਉਹਨੂੰ ਅਸੀਂ ਫੀਸ ਦੇਣੀ ਆ ਉਹਨਾਂ ਨੂੰ ਅਸੀਂ ਉੱਥੇ ਠੀਕ ਆ ਉਹ ਕੰਮ ਕਰਦੇ 20 ਘੰਟੇ ਕੰਮ ਅਲਾਊਡ ਆ ਕਰ ਸਕਦੇ ਆ ਬਟ ਉਹਨਾਂ ਨੂੰ ਕੰਸਨਟ੍ਰੇਸ਼ਨ ਆਪਣੀ ਪੜ੍ਹਾਈ ਨਹੀਂ ਰੱਖਣੀ ਚਾਹੀਦੀ ਹੈ ਪੜ੍ਹਾਈ ਦੀ ਉੱਥੇ ਵੈਲਿਊ ਆ ਲੋਕਲ ਕੁਆਲੀਫਿਕੇਸ਼ਨ ਜ਼ਰੂਰ ਕਰਨੀ ਚਾਹੀਦੀ ਹੈ ਜੀ ਉਹਨਾਂ ਦਾ ਵਿਜ਼ਨ ਹੋਣਾ ਚਾਹੀਦਾ ਵੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਉਹਦੇ 'ਚ ਹੁਣ ਤਾਂ ਹੀ ਸਾਡੀ ਸਟ੍ਰਿਕਟਲੀ ਉਹ ਕਾਲਜਿਸ ਅਪਰੂਵ ਕੀਤੇ ਆ ਉਹਨੂੰ SVP ਕਾਲਜਿਸ ਕਹਿੰਦੇ ਆ ਸਟੀਮ ਲਾਈਨ ਵੀਜ਼ਾ ਪ੍ਰੋਸੈਸਿੰਗ ਕੋਰਸਿਸ ਜਿਹੜੇ ਹੈਗੇ ਆ ਉਹ ਯੂਨੀਵਰਸਿਟੀ ਦਾ ਉਹ ਕਾਲਜਿਸ ਦਾ ਹੀ ਵੀਜ਼ਾ ਲੱਗਦਾ ਬਾਕੀ ਕਾਲਜ ਦਾ ਹੁਣ ਕਿਸੇ ਦਾ ਇੰਡੀਆ ਤੋਂ ਵੀਜ਼ਾ ਨਹੀਂ ਲੱਗ ਰਿਹਾ ਜੀ ਓਕੇ ਡਾਕਟਰ ਵਿਰਕ ਥੈਂਕ ਯੂ ਵੈਰੀ ਮੱਚ ਤੁਸੀਂ ਸਾਡੇ ਸਟੂਡੀਓ ਆਏ ਸਾਡੇ ਨਾਲ ਗੱਲਬਾਤ ਕੀਤੀ ਥੈਂਕ ਯੂ ਸੰਧੂ ਸਾਹਿਬ ਇਹ ਸਨ ਡਾਕਟਰ ਜਗਵਿੰਦਰ ਸਿੰਘ ਵਿਰਕ ਜੋ ਪੇਸ਼ੇ ਵੱਲੋਂ ਡਾਕਟਰ ਨੇ ਅਤੇ ਹੁਣ ਬਤੌਰ ਚੇਅਰਮੈਨ ਭਾਰਤ ਆਸਟ੍ਰੇਲੀਆ ਸਟ੍ਰੈਟੇਜਿਕ ਅਲਾਇੰਸ ਉਹ ਇਹਨਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ 'ਚ ਇੱਕ ਅਹਿਮ ਭੂਮਿਕਾ ਨਿਭਾ ਰਹੇ ਨੇ ਉਹਨਾਂ ਸਾਨੂੰ ਆਸਟ੍ਰੇਲੀਆ ਬਾਰੇ ਭਰਪੂਰ ਜਾਣਕਾਰੀ ਦਿੱਤੀ ਅੱਜ ਇੰਨਾ ਹੀ ਨਮਸਕਾਰ ਸਤਿ ਸ਼੍ਰੀ ਅਕਾਲ